ਭਾਈ ਸਾਹਿਬ ਪਰਮਜੀਤ ਸਿੰਘ ਬਬਰਾਹਾ ਗਲਤ ਅੰਕੜੇ ਦੱਸ ਰਿਹਾ ਤੂੰ, ਤੁਸੀਂ ਸਹੀ ਦੱਸ ਦਿਓ। ਹਾਲੇ ਤਾਂ ਮੈਂ ਆਪਣਾ ਅੰਕੜਾ ਨਹੀਂ ਦੱਸਿਆ, ਜਿਹੜੀ ਗੁਰੂ ਪਿਆਰੀ ਸਾਧ ਸੰਗਤ ਦਾ ਅੰਕੜਾ ਨੂੰ ਮੈਂ ਉਹਨੂੰ ਅੰਕੜਾ ਨਹੀਂ ਕਹਿੰਦਾ, ਉਹ ਅੰਕੜਾ ਨਹੀਂ ਹੈ, ਉਹ ਲੋਕਾਂ ਦਾ ਰੋਸ਼ ਹੈ। ਸਾਡੇ ਅੰਕੜੇ ਮੁਤਾਬਕ ਸੁਣ ਲਿਆ ਹੁਣ ਅੰਕੜਾ ਵੀ, ਜਿਹੜਾ ਬਾਬੂ ਪਹਿਲਾਂ ਦੇਖ ਰਿਹਾ ਬਾਬਾ ਹੇੜਾ ਪਤਾ ਨਹੀਂ ਕੌਣ ਸੀ, ਸਾਡਾ ਅੰਦਾਜ਼ਾ 500,000 ਕਰੋਸ ਸੀ। ਨੈੱਟ ਤੁਸੀਂ ਬੰਦ ਕਰਤਾ, ਫੇਸਬੁੱਕ ਤੁਸੀਂ ਬੰਦ ਕਰਤੀ, ਵਟਸਐਪ ਤੁਸੀਂ ਬੰਦ ਕਰਤੇ, ਟਵਿੱਟਰ ਤੁਸੀਂ ਬੰਦ ਕਰਤੇ, ਕਾਲ ਤੁਸੀਂ ਬੰਦ ਕਰਤੀਆਂ, ਉਹ ਹੋਰ ਕੀ ਕਰੋਗੇ ਯਾਰ। ਔਰ ਆਪਣੀ ਰੈਲੀ ਦੀ ਜਗ੍ਹਾ 'ਤੇ ਉੱਥੋਂ ਲਾਈਵ ਵੀ ਹੋ ਰਹੇ ਸੀ, ਉੱਥੋਂ ਨੈੱਟਵਰਕ ਵੀ ਚੱਲ ਰਹੇ ਸੀ, ਉੱਥੇ ਵਟਸਐਪ ਵੀ ਚੱਲ ਰਹੇ, ਸਾਰਾ ਕੁਝ ਹੋ ਰਿਹਾ ਸੀ ਦੋਨਾਂ ਜਗ੍ਹਾ ਤੋਂ, ਲੰਬੀ ਤੋਂ ਵੀ ਚੱਲ ਰਿਹਾ ਸੀ ਔਰ ਪਟਿਆਲੇ ਤੋਂ ਵੀ ਚੱਲ ਰਿਹਾ ਸੀ। ਕੱਲ੍ਹ ਤਾਂ ਤੁਸੀਂ ਜਿਹੜਾ ਉਹ ਇੰਦਰਾ ਗਾਂਧੀ ਨੇ ਐਮਰਜੈਂਸੀ ਵਾਲਾ ਹਾਲ ਕੀਤਾ ਸੀ ਨਾ, ਕੱਲ੍ਹ ਉਹ ਹਾਲ ਕੀਤਾ ਤੁਸੀਂ ਬਰਗਾੜੀ ਦੇ ਅੰਦਰ, ਕੋਟਕਪੂਰੇ ਦੇ ਅੰਦਰ। ਤੁਹਾਡੇ ਕਿਆ ਕਹਿਣੇ ਯਾਰ, ਤੁਹਾਡੇ ਬੰਦਿਆਂ ਨੇ ਤਾਂ ਆਉਂਦੇ ਹੋਏ ਠੇਕੇ ਲੁੱਟ ਲਏ ਯਾਰ। ਆਹ ਪਟਿਆਲੇ ਦੇਖ ਲਓ, ਜਖਵਾਲੀ ਕੋਈ ਪੈਲਸ ਹੈ, ਮੈਨੂੰ ਨਾਮ ਨਹੀਂ ਯਾਦ ਉਹਦਾ, ਉੱਥੇ ਦਾਰੂ ਟੱਪਾਂ 'ਚ ਵਰਤਾਈ ਹੈ, ਉਹ ਬੇਸ਼ਰਮੋ ਸ਼ਰਮ ਕਰੋ। ਕਿੰਨਾ ਘੱਟ ਸੀ ਦੋਸਤੋ, ਉਹ ਕਹਿੰਦੇ ਜੀ ਇਤਿਹਾਸਕ ਰੈਲੀ ਲੰਬੀ ਦੇ ਅੰਦਰ ਸਰਕਾਰ ਦੀ, ਉਹ ਤਾਂ ਸਰਕਾਰ ਦੀ ਰੈਲੀ ਸੀ, ਲੋਕਾਂ ਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਗਿਆ ਕੁਰਸੀਆਂ ਤੋਂ, ਮੱਤੇ ਕੋਈ ਕੁਰਸੀ ਖਾਲੀ ਨਾ ਹੋ ਜਾਵੇ, ਉਹ ਸਰਕਾਰ ਦੀ ਰੈਲੀ ਸੀ। ਉਹਦਾ ਕੱਟ ਸੀ 20,000 ਤੋਂ 21,000, ਜਿਹੜੀਆਂ ਸਾਡੇ ਕੋਲ ਖਬਰਾਂ ਨੇ, ਜਿਹੜੀਆਂ ਸਾਡੇ ਕੋਲ ਇਨਫੋਰਮੇਸ਼ਨਾਂ ਨੇ, 20,000 ਤੋਂ 21,000। ਅਤੇ ਫਿਰ ਦੋਸਤੋ ਕੀ ਰਹਿ ਗਿਆ ਇਹ, ਔਰ ਗੁਰੂ ਸਾਹਿਬ ਦੀ ਪੈਰੀ ਸਾਧ ਸੰਗਤ ਜਿੰਨੀ ਸੀ ਉਹ ਸਾਰੀ ਕੱਲ੍ਹ ਕੋਟਕਪੂਰੇ ਪਹੁੰਚੀ ਸੀ, ਕੋਟਕਪੂਰੇ ਤੋਂ ਰੋਸ ਮਾਰਚ 'ਚ ਸ਼ਾਮਲ ਹੋ ਕੇ ਬਰਗਾੜੀ ਗਈ ਸੀ। ਮੈਂ ਕਿਹਾ ਵੀਰੋ ਪੈਰ ਰੱਖਣ ਨੂੰ ਥਾਂ ਨਹੀਂ ਸੀ, ਪੈਰ ਰੱਖਣ ਨੂੰ ਥਾਂ ਨਹੀਂ ਸੀ, ਜਿਹੜੀ ਗੁਰੂ ਪਿਆਰੀ ਸਾਧ ਸੰਗਤ ਬਰਗਾੜੀ ਪਹੁੰਚੀ, ਕੋਟਕਪੂਰੇ ਦਾਣਾ ਮੰਡੀ ਪਹੁੰਚੀ, ਉੱਥੋਂ ਰੋਸ ਮਾਰਚ ਕਰਦੇ ਹੋਏ ਬਰਗਾੜੀ ਪਹੁੰਚੇ, ਵੀਰੋ 8 ਕਿਲੋਮੀਟਰ ਤਾਂ ਮੈਂ ਖੁਦ ਪੈਦਲ ਚੱਲ ਕੇ ਆਇਆ, ਮੇਰੇ ਨਾਲ ਸਰਦਾਰ ਜੋਰਾ ਸਿੰਘ ਚੀਮਾ, ਪ੍ਰੀਤਮ ਸਿੰਘ ਕੌਰ ਜੀ ਵਾਲਾ, ਘੁੰਮਣ ਸਾਹਿਬ ਸਾਡੇ ਮਾਣਯੋਗ ਸਨੌਰ ਤੋਂ, ਹਰਮੀਤ ਪਠਾਣ ਮਾਜਰਾ ਜੀ, ਇਹ ਸਾਰੀ ਟੀਮ ਪੈਦਲ ਚੱਲ ਕੇ ਆਈ ਸੀ 8 ਕਿਲੋਮੀਟਰ। ਦੋਸਤੋ ਬਹੁਤ ਵੱਡਾ ਕਾਫਲਾ ਸੀ, 50 ਗੱਡੀਆਂ ਦਾ ਕਾਫਲਾ ਸੀ, ਕੱਲ੍ਹ ਸਵੇਰੇ ਤੁਹਾਨੂੰ ਮੈਂ ਲਾਈਵ 'ਚ ਵੀ ਦਿਖਾਇਆ ਸੀ, ਇਹ ਸਾਰੀ ਟੀਮ ਪੈਦਲ ਚੱਲ ਕੇ ਆਈ ਸੀ 8 ਕਿਲੋਮੀਟਰ ਬਰਗਾੜੀ ਜਦ ਮੋਰਚੇ 'ਤੇ ਪਹੁੰਚੀ ਹੈ। ਦੋਸਤੋ ਗਰਮੀ 'ਚ ਉਹ ਰਸਤੇ 'ਚ ਮੈਂ ਕਿਹਾ ਗੁਰੂ ਪਿਆਰੀ ਸਾਧ ਸੰਗਤ ਨੇ ਕੋਈ ਐਸੀ ਚੀਜ਼ ਨਹੀਂ ਸੀ ਜਿਹੜੀ ਲੰਗਰ ਦੇ ਰੂਪ 'ਚ ਨਾ ਵਰਤਾਈ ਹੋਏ, ਕੋਈ ਫਰੂਟ ਵਰਤਾ ਰਿਹਾ ਸੀ, ਕੋਈ ਖੀਰ ਵਰਤਾ ਰਿਹਾ ਸੀ, ਕੋਈ ਦਾਲ ਫੁਲਕਾ ਵਰਤਾ ਰਿਹਾ ਸੀ, ਕੋਈ ਦਾਲ ਸਬਜ਼ੀ ਵਰਤਾ ਰਿਹਾ ਸੀ, ਕੋਈ ਮੇਰਾ ਵੀਰ ਚਾਹ ਵਰਤਾ ਰਿਹਾ ਸੀ, ਕੋਈ ਦੁੱਧ ਵਰਤਾ ਰਿਹਾ ਸੀ, ਕੋਈ ਲੱਸੀ ਵਰਤਾ ਰਿਹਾ ਸੀ, ਭਾਈ ਸਾਹਿਬ ਪਰਮਜੀਤ ਸਿੰਘ ਬਬਰਾਹਾ ਗਲਤ ਅੰਕੜੇ ਦੱਸ ਰਿਹਾ ਤੂੰ, ਤੁਸੀਂ ਸਹੀ ਦੱਸ ਦਿਓ। ਹਾਲੇ ਤਾਂ ਮੈਂ ਆਪਣਾ ਅੰਕੜਾ ਨਹੀਂ ਦੱਸਿਆ, ਜਿਹੜੀ ਗੁਰੂ ਪਿਆਰੀ ਸਾਧ ਸੰਗਤ ਦਾ ਅੰਕੜਾ ਨੂੰ ਮੈਂ ਉਹਨੂੰ ਅੰਕੜਾ ਨਹੀਂ ਕਹਿੰਦਾ, ਉਹ ਅੰਕੜਾ ਨਹੀਂ ਹੈ, ਉਹ ਲੋਕਾਂ ਦਾ ਰੋਸ਼ ਹੈ, ਉਹ ਲੋਕਾਂ ਦਾ ਰੋਸ਼ ਹੈ। ਤੁਹਾਨੂੰ ਤਕਲੀਫ ਹੁੰਦੀ ਹੈ ਕਿ ਹੁਣ ਤੁਹਾਡੇ ਨਾਲ ਕੋਈ ਨਹੀਂ ਰਿਹਾ, ਸਮਝ ਗਿਆ, ਅਸੀਂ ਆਪਣਾ ਅੰਕੜਾ ਤਾਂ ਦੱਸਿਆ ਹੀ ਨਹੀਂ, ਗੁਰੂ ਪਿਆਰੀ ਸਾਧ ਸੰਗਤ ਦਾ ਕੋਈ ਅੰਕੜਾ ਨਹੀਂ ਹੁੰਦਾ, ਤੈਸ ਹਨੇਰੀ ਲਿਆਂਦੀ ਹੈ ਲੋਕਾਂ ਨੇ, ਉਹ ਮਾਘੀ ਦੀ ਰੈਲੀ ਪਿੱਛੇ ਛੱਡਤੀ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਸੀ, ਅੱਖਾਂ ਦੇਖੀਆਂ ਹੋਈਆਂ, ਜਿਹੜੇ ਸਰਕਾਰਾਂ ਦੇ ਪਿੱਠੂ ਬੈਠੇ ਹੈ ਨਾ ਉਹੀ ਕਹਿੰਦੇ ਆ ਗਲਤ ਅੰਕੜੇ ਆ। ਜੇ ਤੁਹਾਨੂੰ ਹੈਗੀ ਹੈ ਨਾ ਤਾਂ ਦੱਸੋ ਸਹੀ ਅੰਕੜਾ ਕੀ ਹੈ, ਫਿਰ ਕਿਉਂ ਨੈੱਟਵਰਕ ਜਾਮ ਕੀਤਾ ਉੱਥੇ, ਕਿਉਂ ਬੰਦ ਕੀਤਾ ਤੁਸੀਂ ਨੈੱਟਵਰਕ, ਨੈੱਟ ਤੁਸੀਂ ਬੰਦ ਕਰਤਾ, ਫੇਸਬੁੱਕ ਤੁਸੀਂ ਬੰਦ ਕਰਤੀ, ਵਟਸਐਪ ਤੁਸੀਂ ਬੰਦ ਕਰਤੇ, ਟਵਿੱਟਰ ਤੁਸੀਂ ਬੰਦ ਕਰਤੇ, ਕਾਲ ਤੁਸੀਂ ਬੰਦ ਕਰਤੀਆਂ, ਉਹ ਹੋਰ ਕੀ ਕਰੋਗੇ ਯਾਰ। ਇੰਨਾ ਜ਼ੁਲਮ ਕਾਹਦੇ ਵਾਸਤੇ ਕਿ ਜਿਹੜੇ ਬੰਦੇ ਉੱਥੇ ਗਏ ਹੋਏ ਹੈ
ਉਹ ਪੂਰੇ ਬਾਹਰ ਦੇ ਬੰਦਿਆਂ ਨੂੰ ਜਿਹੜੇ ਬਰਗਾੜੀ ਤੋਂ ਬਾਹਰ ਦਾ ਪੰਜਾਬ ਵੱਸਦਾ ਜਾਂ ਦੀਨ ਦੁਨੀਆ ਵੱਸਦੀ ਹੈ ਉਹਨੂੰ ਸਹੀ ਤਸਵੀਰ ਪੇਸ਼ ਨਾ ਕਰ ਸਕਣ, ਉਹਨੂੰ ਲਾਈਵ ਨਾ ਦਿਖਾ ਸਕਣ, ਉੱਥੋਂ ਮੂਵੀਆਂ ਬਣਾ ਕੇ ਵਟਸਐਪ 'ਤੇ ਨਾ ਕਰ ਸਕਣ, ਟਵਿੱਟਰ 'ਤੇ ਲਾਈਵ ਨਾ ਕਰ ਸਕਣ, ਇੰਸਟਾਗ੍ਰਾਮ 'ਤੇ ਲਾਈਵ ਨਾ ਕਰ ਸਕਣ। ਇਹ ਤਾਂ ਹਾਲਾਤ ਰੱਖੇ ਆ ਤੁਸੀਂ ਕੱਲ੍ਹ ਉੱਥੇ, ਸਭ ਦੇਖਦਾ ਪਰਮਾਤਮਾ, ਸਭ ਉੱਪਰ ਬੈਠਿਆ ਦੇਖਦਾ ਪਰਮਾਤਮਾ। ਸਭ ਉੱਪਰ ਬੈਠ ਕੇ ਦੇਖਦਾ ਪਰਮਾਤਮਾ ਕੀ ਕੀਤਾ ਕੱਲ੍ਹ ਤੁਸੀਂ ਉੱਥਾਂ ਨੇ। ਕੋਈ ਬੰਦਾ ਲਾਈਵ ਨਹੀਂ ਕਰ ਸਕਿਆ ਉੱਥੋਂ, ਕੋਈ ਬੰਦਾ ਉੱਥੋਂ ਵੀਡੀਓ ਬਣਾ ਕੇ ਨਹੀਂ ਕਰ ਸਕਿਆ, ਔਰ ਆਪਣੀ ਰੈਲੀ ਦੀ ਜਗ੍ਹਾ 'ਤੇ ਉੱਥੋਂ ਲਾਈਵ ਵੀ ਹੋ ਰਹੇ ਸੀ, ਉੱਥੋਂ ਨੈੱਟਵਰਕ ਵੀ ਚੱਲ ਰਹੇ ਸੀ, ਉੱਥੇ ਵਟਸਐਪ ਵੀ ਚੱਲ ਰਹੇ, ਸਾਰਾ ਕੁਝ ਹੋ ਰਿਹਾ ਸੀ ਦੋਨਾਂ ਜਗ੍ਹਾ ਤੋਂ, ਲੰਬੀ ਤੋਂ ਵੀ ਚੱਲ ਰਿਹਾ ਸੀ ਔਰ ਪਟਿਆਲੇ ਤੋਂ ਵੀ ਚੱਲ ਰਿਹਾ ਸੀ। ਔਰ ਉੱਥੇ ਤੁਸੀਂ ਕੀ ਕੀਤਾ ਸੀ, ਪੂਰਾ ਟੋਟਲੀ ਜਾਮ ਕਰਕੇ ਰੱਖਿਆ। ਮੇਰੇ ਵੀਰਾਂ ਨੇ ਬੱਸਾਂ ਦੇ ਉੱਤੇ ਚੜ੍ਹ ਕੇ ਮੂਵੀਆਂ ਬਣਾਈਆਂ ਨੇ, ਸਾਡੇ ਭਰਾਵਾਂ ਨੇ ਬੱਸਾਂ ਦੇ ਉੱਤੇ ਚੜ੍ਹ ਕੇ ਮੂਵੀਆਂ ਬਣਾਈਆਂ ਨੇ, ਔਰ ਸਾਰੀਆਂ ਪੈ ਰਹੀਆਂ ਹੌਲੀ 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 ਹੌਲੀ। ਖੁਦ ਮੇਰੀਆਂ 3 ਮੂਵੀਆਂ, 3 ਜਾਂ 4 ਕਿਲੋਮੀਟਰ ਲੰਬਾ ਰੋਸ ਮਾਰਚ ਮੈਂ ਖੁਦ ਆਪਣੇ ਕੈਮਰੇ ਨਾਲ ਕੈਦ ਕੀਤਾ ਹੋਇਆ। 80 ਦੀ ਸਪੀਡ 'ਤੇ ਮੇਰੀ ਗੱਡੀ ਸੀ ਇਨੋਵਾ, 80 ਦੀ ਸਪੀਡ 'ਤੇ ਉਹ ਮੈਂ ਤੁਹਾਨੂੰ ਪਾਵਾਂਗਾ ਦੋਸਤੋ, ਵਟਸਐਪ 'ਤੇ ਫੇਸਬੁੱਕ 'ਤੇ ਪਾਵਾਂਗਾ, ਤੁਸੀਂ ਦੇਖਣਾ ਉਸਨੂੰ, ਤੁਸੀਂ ਦੇਖਣਾ ਕਿੱਦਾਂ ਗੱਡੀਆਂ ਦੇ ਕਾਫਲੇ, ਬੱਸਾਂ ਦੇ, ਟਰਾਲੀਆਂ ਦੇ, ਮੈਂ ਕਹਿੰਦਾ ਟਰੱਕਾਂ ਦੇ ਕਾਫਲੇ ਸੀ, ਤੁਸੀਂ ਦੇਖ ਸਕਦੇ ਹੋ ਉਹਦੇ 'ਚ ਝੂਠ ਨਹੀਂ ਆ, ਉਹ ਅਸੀਂ ਬਣਾਈ ਨਹੀਂ ਹੋਈ, ਔਰ ਪੈਦਲ ਸੰਗਤ ਜਾ ਰਹੀ ਹੈ, ਉਹ ਦੇਖਣਾ ਤੁਸੀਂ। ਕੱਲ੍ਹ ਤਾਂ ਤੁਸੀਂ ਜਿਹੜਾ ਉਹ ਇੰਦਰਾ ਗਾਂਧੀ ਨੇ ਐਮਰਜੈਂਸੀ ਵਾਲਾ ਹਾਲ ਕੀਤਾ ਸੀ ਨਾ, ਕੱਲ੍ਹ ਉਹ ਹਾਲ ਕੀਤਾ ਤੁਸੀਂ ਬਰਗਾੜੀ ਦੇ ਅੰਦਰ, ਕੋਟਕਪੂਰੇ ਦੇ ਅੰਦਰ ਐਮਰਜੈਂਸੀ ਨਾਲ ਵੀ ਬਦਤਰ ਹਾਲ ਕੀਤੇ ਆ ਤੁਸੀਂ। ਮੈਂ ਤੁਹਾਨੂੰ ਕੁਐਸਚਨ ਕਰਨਾ ਚਾਹੁੰਦਾ ਇੱਕ, ਸਾਰੇ ਪਰ ਜਿਹੜੇ ਬੰਦੇ ਉੱਥੇ ਗਏ ਹੋਏ ਸੀ ਦੂਰੋਂ ਪਾਰੋਂ ਪੰਜਾਬ ਦੇ, ਮੈਂ ਖੁਦ ਪਟਿਆਲੇ ਤੋਂ ਗਿਆ ਹੋਇਆ ਸੀ, ਮੇਰਾ ਪਰਿਵਾਰ ਕੋਲ ਕਰ ਕਰਕੇ, ਫੋਨ ਕਰ ਕਰਕੇ, ਵਟਸਐਪ ਕੋਲ ਕਰ ਕਰਕੇ ਥੱਕ ਗਿਆ, ਮੈਨੂੰ ਫੋਨ ਨਹੀਂ ਲੱਗਿਆ ਉਹਨਾਂ ਦਾ 12 ਵਜੇ ਤੋਂ ਬਾਅਦ ਸ਼ਾਮ ਦੇ 6 ਵਜੇ ਤੱਕ। ਤੁਹਾਨੂੰ ਇੰਨੀ ਚਿੰਤਾ ਨਹੀਂ ਹੋਈ ਕਿ ਲੋਕਾਂ ਦੇ ਪਰਿਵਾਰਕ ਬੰਦੇ ਤੰਗ ਹੋ ਰਹੇ ਹੋਣੇ ਪਿੱਛੇ ਕਿ ਕੀ ਹੋ ਰਿਹਾ ਉੱਥੇ, ਕੀ ਚੱਲ ਰਿਹਾ ਉੱਥੇ? ਕਮ ਸੇ ਕਮ ਲੋਕ ਆਪਣੇ ਬੰਦਿਆਂ ਦੀ ਸੁੱਖ ਸ਼ਾਂਤ ਤਾਂ ਪੁੱਛ ਸਕਦੇ ਸੀ, ਪਰ ਨਾ, ਤੁਹਾਡੇ 'ਤੇ ਕੋਈ ਅਸਰ ਨਹੀਂ ਹੈ, ਤੁਹਾਡੇ 'ਤੇ ਕੋਈ ਅਸਰ ਨਹੀਂ ਹੈ, ਕਿਉਂਕਿ ਮਿਲੇ ਹੋਏ ਹੋ। ਲੋਕ ਤਾਂ ਬਹੁਤ ਕੁਝ ਕਹਿੰਦੇ ਆ, ਜਨਤਾ ਲੋਕ ਤਾਂ ਬਹੁਤ ਕੁਝ ਕਹਿੰਦੇ ਆ, ਲੋਕ ਕਹਿੰਦੇ ਆ ਲੰਬੀ ਰੈਲੀ ਕਰਨ ਵਾਲਿਆਂ ਦਾ ਖਰਚਾ ਲੰਬੀ ਵਾਲਿਆਂ ਨੇ ਕੀਤਾ, ਪਟਿਆਲੇ ਰੈਲੀ ਕਰਨ ਵਾਲੇ ਦਾ ਖਰਚਾ ਪਟਿਆਲੇ ਵਾਲਿਆਂ ਨੇ ਕੀਤਾ, ਇਹ ਤਾਂ ਹਾਲਾਤ ਰਹੇ ਹੈ। ਔਰ ਉੱਥੇ ਦੁਆਨੀ ਖਰਚਾ ਨਹੀਂ ਹੋਇਆ, ਲੋਕਾਂ ਨੇ ਆਪ ਖਰਚੇ ਕੀਤੇ ਨੇ, ਲੋਕਾਂ ਨੇ ਆਪ ਲੰਗਰ ਲਾਏ ਨੇ, ਲੋਕਾਂ ਨੇ ਆਪ ਛਬੀਲਾਂ ਲਾਈਆਂ ਨੇ, ਲੋਕ ਆਪਣੀਆਂ ਗੱਡੀਆਂ 'ਚ ਖੁਦ ਗਏ ਨੇ। 90 ਰੁਪਏ ਲੀਟਰ ਪੈਟਰੋਲ ਹੈ, ਕੋਈ ਬੰਦਾ ਆਪਣੀਆਂ ਬੱਸਾਂ ਕਰਕੇ ਗਿਆ, ਕੋਈ ਬੰਦਾ ਆਪਣੀ ਗੱਡੀ ਲੈ ਕੇ ਗਿਆ, ਅਸੀਂ ਆਪਣੀ ਇਨੋਵਾ ਆਪ ਕਰਕੇ ਗਏ ਸੀ। ਸਾਨੂੰ ਤਾਂ ਅਸੀਂ ਨਹੀਂ ਕਿਹਾ ਕਿ ਅਸੀਂ ਨਹੀਂ ਜਾਣਾ, ਅਸੀਂ ਜਾਣਾ। ਕੱਲ੍ਹ ਸਵੇਰੇ ਫੋਨ ਆਇਆ ਬੰਦੇ ਦਾ 10 ਵਜੇ, 10 ਵਾਰੀ ਅਸੀਂ ਉਹਨੂੰ ਕਿਹਾ ਚੱਲ ਭਾਈ, ਕਹਿੰਦਾ ਨਾ ਜੀ। ਸਵੇਰੇ ਉਸਨੇ ਕਿਹਾ ਜੀ ਮੇਰੀ ਜ਼ਮੀਰ ਜਾਗ ਗਈ, ਬੰਧੂ ਸਾਹਿਬ ਸਾਡੀ ਜ਼ਮੀਰ ਜਾਗ ਗਈ, ਅਸੀਂ ਜਾਣਾ, ਕਿਵੇਂ ਜਾਈਏ? ਮੈਂ ਆਪਣੀ ਗੱਡੀ ਆਪ ਤੇਲ ਪਾ ਕੇ ਚਲਾ ਕੇ ਲੈ ਕੇ ਜਾਊਂਗਾ, ਉਸ ਬੰਦੇ ਦੇ ਅਲਫਾਜ਼ ਹੈ। ਕੱਲ੍ਹ ਸਵੇਰ ਦਾ ਫੋਨ ਸੀ ਉਹਦੇ ਕੋਲ, ਤੋ 4.5 ਬੰਦੇ ਬਿਠਾ ਕੇ ਵੀ ਨਾਲ ਲੈ ਕੇ ਆਇਆ ਬੰਦਾ ਉਹ। ਇਸ ਤਰ੍ਹਾਂ ਹੁੰਦਾ ਹੈ, ਸ਼ੁਕਰ ਹੈ ਜ਼ਮੀਰ ਜਾਗੀ। ਔਰ ਤੁਸੀਂ ਲੋਕਾਂ ਨੇ ਮਾਫ ਕਰਨਾ ਦੋਸਤੋ, ਔਰ ਤੁਸੀਂ ਲੋਕਾਂ ਨੇ ਕੀਤਾ, ਸਾਨੂੰ ਕੰਨਾਂ ਤੋਂ ਹੱਥ ਲੱਗ ਰਿਹਾ, ਇੰਨਾ ਜ਼ੁਲਮ। ਉਹ ਯਾਰ ਨੈੱਟ ਤਾਂ ਚੱਲਣ ਦੇ ਦਿੰਦੇ, ਨੈੱਟ ਤਾਂ ਚੱਲਣ ਦੇ ਦਿੰਦੇ ਕਮ ਸੇ ਕਮ। ਡਾਕਟਰ ਸਾਹਿਬ ਦੇਖ ਰਿਹਾ, ਪ੍ਰੀਤਮ ਸਿੰਘ ਕੌਰਜੀ ਵਾਲਾ ਵੀਰ ਇਹ ਸਾਡੇ ਨਾਲ ਸੀ, ਇੰਨੀ ਜਨਤਾ ਸੀ, ਕੌਰਜੀ ਵਾਲਾ ਸਾਹਿਬ ਸਾਨੂੰ 5 ਘੰਟੇ ਲੱਭੇ ਹੀ ਨਹੀਂ, ਇਹ ਸਾਡੇ ਨਾਲੋਂ ਵਿਛੜ ਗਏ ਸੀ, 5 ਘੰਟੇ ਨਹੀਂ ਲੱਭੇ, ਅਸੀਂ ਪਰੇਸ਼ਾਨ ਹੋ ਰਹੇ ਸੀ ਕਿੱਥੇ ਨੇ ਇਹ, ਕਿਉਂ? ਨੈੱਟਵਰਕ ਬੰਦ ਸੀ, ਕਾਲ ਨਹੀਂ ਲੱਗ ਰਹੀ ਸੀ। ਇਹ ਹਾਲਾਤ ਰਹੇ ਹੈ, ਕੌਰਜੀ ਵਾਲਾ ਸਾਹਿਬ ਸਾਹਮਣੇ ਗਵਾਹ ਨੇ। ਫਿਰ ਕਹੋਗੇ ਜੀ ਝੂਠ ਬੋਲਦੇ ਹੈ ਜੀ, ਕੂੜ ਪ੍ਰਚਾਰ ਕਰਦੇ ਹੈ ਜੀ,
थैंक यू गुरबीर कांग्रेस वीर मेरा देख रहा है, सत श्रीकाल वीर कनाडा तो देख रहे ने गुरबीर जी, सत श्रीकाल लाडू वीर। एक गवान है साढ़े प्रीतम सिंह कौर जी वाला साहब, आम आदमी पार्टी के ब्लॉक प्रधान ने पटियाला तो। ये हालात ने दोस्तों कल उत्थे बना के रखे हुए ने। ये कहंदे जी तू गलत आंकड़े पेश कर रहे, असी अपना तो आंकड़ा ही नहीं दस्या। गुरु प्यारी साध संगत महाराज की जिहड़ी फौज है ना उहदा आंकड़ा तो असी दस्या ही नहीं, तुसीं तां नेड़े पाड़े नहीं हैगे उहदे। साडे आंकड़े मुताबिक सुन लिया हूँ आंकड़ा भी जिहड़ा बाबू पहला देख रहा बब्बा हेड़ा पता नहीं कौन सी, साडा अंदाजा 5 लाख क्रॉस सी, 5 लाख। साढ़े वीरां ने बहुत कुछ किया, 6 लाख कोई 7 लाख कोई 8 लाख, लेकिन जिहड़ा मेरा अपना अंदाजा है 4.5 to 5.5 लाख दे विच जिंदा सी। मैं कहना बंदे नू पैर रखण नू जगह नहीं सी दोस्तों। मैं खुद मोर्चे ते पहुंचया, जब मैं अंदर बाबा जी नू मत्था टेकण लई गया मैं पहुंच नहीं सकया, इन्नी भीड़ सी। मैं दूरों बाबा जी नू मत्था टेकया, हाजरी लवा के फिर असीं उत्थों बाहर आए। सरबजीत सिंह संधू वीर कह रहे 7 to 8 किलोमीटर असी पैदल तुर के गए हैं, ये है असली हकीकत। और तुसी 20,000 दे कट्ठ नू वड्डी रैली जी, इतिहासक रैली साडी, महा कदी होई नहीं, अज तक देखी नहीं कदी, ओ असी तां देखी नहीं कदी। साडी गड्डी दे मूहरे कल झंडा लग्गिया सी ब्लैक कलर दा जिहदे उपर रोस लिखिया होया सी, ओ कई बेशर्मा दे तां सिर झुक गया उस झंडे नू देख के कि असी की कर रहे हां। सवेरे जद असी लंघे ना महमूदपुर मंडी तो संगरूर रोड तो जाते हुए, तो भीर जी गड्डी साड़ी बिल्कुल 10 की स्पीड से हो गई सी 15 की, और कई सिर झुक के देख के उत्ते खड़ के अकाली दल की रैली उत्ते चाह पी रहे पकौड़े खा रहे बाहर, VIP ट्रीटमेंट सी कल पूरा। ये पार्किंग है जी, इत्थे चाह है जी, इत्थे समोसे हैं जी, इत्थे फलानी चीज़ है जी, थी उन्हें बेशर्मा दे सिर झुक के देख के कुर्सियां टोटल खाली पईआं सी सवेरे 8:15 तक। फिर कहंदे जी इतिहासिक रैली वड्डी रैली वड्डा कट्ठ, कमाल करदे हो यार तुसी, कुर्सियां लाईआं सी और साडी संगत जमीन ते बैठी सी, धरत ते बैठी सी, जमीन ते, और तुसी कुर्सियां ला के बिच एक एक फुट का डेढ़ डेढ़ दो फुट का कट्ठ रख्या गैप रख्या होया सी, और दूरों तुसी नीचों की फोटो ला के कहने वड्डा कट्ठ, 17 to 18,000 का कट सी, इस तो उपर नहीं सी, टोल फ्री सी जनाब, साडे ते एहसान नहीं है ये, टोल फ्री किया सी, टोल फ्री जड़े लंबी जाने सी जां जड़े लंबी तो पटियाले आने सी रैली वास्ते उन्हां वास्ते टोल फ्री सी, साडे वास्ते नहीं किया होया टोल फ्री। ज्ञान शर्मा वीर टोल फ्री साडे वास्ते नहीं, जे साडे कल्यां दा रोस मार्च हुंदा मजा लै जे टोल फ्री हुंदा। बरगाड़ी मोर्चे तो बठिंडे तक जाम, और बठिंडे तो बगाड़ी मोर्चे तो कोटकपूरे तक जाम, इन्हें अखा ने देखा कल, इन्हें अखा ने। और तुसी थोड़े क्या कहने यार, थोड़े बंदियां ने तो आंदे हुए ठेके लुट ले यार, आ पटियाले देख लो जखवाली कोई पैलेस है, मैनू नाम नहीं याद उदा, वो उत्थे दारू टप्पा च वरताई है, वो बेशर्मो शर्म करो। ये रैलियां थोड़ियां, मैं कहना फिर तुसी कहने हो जी असी पंथ दी पार्टी, पंथक पार्टी, श्रोमणी अकाली दल 100 साल पुरानी पार्टी। यार टप च मैंने शबील वरतते तो देखी सी, पर मैंने टप च दारू वरतते कल पहली बार देखी है यार। टप च बचपन तो लैके हुण तक 44 साल की मेरी उम्र है, मैंने शबीलता वरतती देखी है, मैंने टप च कल पहली बार दारू वरतती देखी, पहली बार। कमाल है यार, ये है थोड़ा प्यार अपने गुरु महाराज के प्रति, ये थोड़ी श्रद्धा है, ये है थोड़ा प्यार। एक पासे दा, एक पासे दा 5 लाख तो पार की साध संगत गुरु महाराज की प्यारी फौज उत्थे बैठे इंसाफ लैण वास्ते लड़ाई लड़ रही है, और तुसी 20,000 का कट्ठ करके दारू दे सिर दे उत्ते
20,000 ਦਾ ਇਕੱਠ ਦਾਰੂ ਦੇ ਟੱਪਾਂ ਦੇ ਉੱਤੇ ਕਰਕੇ ਤੇ ਤੁਸੀਂ ਲੋਕ ਛਾਲਾ ਮਾਰਦੇ ਹੋ ਯਾਰ, ਉਹਨੂੰ ਇਤਿਹਾਸਕ ਰੈਲੀ ਦੱਸਦੇ ਹੋ ਯਾਰ, ਸੂਪੜਾ ਸਾਫ਼ ਹੋਏਗਾ, ਸੂਪੜਾ ਸਾਫ਼ ਹੋਏਗਾ ਵੀਰੋ, ਚਿੰਤਾ ਨਾ ਕਰੋ। ਜ਼ਰੂਰ ਜ਼ਰੂਰ ਲਾਡੀ ਪੰਨੂ ਵੀਰ ਜ਼ਰੂਰ, ਪਹਿਲਾਂ ਇਹਨਾਂ ਦੋਨਾਂ ਨੂੰ ਦੇਖ ਲਈਏ ਨਾ, ਇਹ ਕਹਿੰਦੇ ਆ ਜੀ ਦਰਿਆਵਾਂ ਨੂੰ ਨੱਕੇ ਲਾ ਦਾਂਗੇ ਅਸੀਂ, ਨੱਕੇ ਨਹੀਂ ਲੱਗਦੇ ਹੁੰਦੇ, ਕੱਲ੍ਹ ਉੱਥੇ ਦਰਿਆ ਨਹੀਂ ਵਗ ਰਹੇ ਸੀ, ਕੱਲ੍ਹ ਉੱਥੇ ਹੜ੍ਹ ਆਇਆ ਸੀ ਲੋਕਾਂ ਦਾ, ਹੜ੍ਹ ਬੇਇੰਤਹਾਸ਼ਾ ਹੜ੍ਹ, ਮੇਰਾ ਵੀਰ ਦਵਿੰਦਰ ਸੰਧੂ ਵੀਰ ਦੇਖ ਰਿਹਾ, ਸਤਿ ਸ਼੍ਰੀ ਅਕਾਲ ਵੀਰ ਸੰਧੂ ਵੀਰ, ਮੈਂ ਕਹਿੰਦਾ ਕੱਲ੍ਹ ਇੰਨਾ ਬੁਰਾ ਫਸਿਆ ਉੱਥੇ, 4 ਤੋਂ 3.5 ਤੋਂ 4 ਘੰਟੇ ਟ੍ਰੈਫਿਕ ਜਾਮ 'ਚ ਰਿਹਾ ਹੈ, ਔਰ ਵੀਰ ਜਦ ਪਹੁੰਚਿਆ ਇਹ ਆਪਣੀ ਬੱਸ ਦੇ ਉੱਤੇ ਚੜ੍ਹ ਕੇ ਇਸਨੇ ਕਵਰੇਜ ਕੀਤੀ ਹੈ ਕੱਲ੍ਹ ਉੱਥੋਂ, ਔਰ ਸਾਡਾ ਆਪਸ 'ਚ 3 ਘੰਟੇ ਮੇਲ ਹੀ ਨਹੀਂ ਹੋਇਆ, ਅਸੀਂ ਮਿਲੇ ਹੀ ਨਹੀਂ ਕੱਲ੍ਹ, ਨਾ ਮੈਂ ਮਿਲਿਆ, ਨਾ ਸੰਧੂ ਵੀਰ, ਨਾ ਅੱਕੀ ਗਿੱਲ, ਕੋਈ ਵੀਰ ਨਹੀਂ ਮਿਲਿਆ, ਦਲਵਿੰਦਰ ਧੰਜੂ ਵੀਰ ਦੇਖ ਰਿਹਾ ਮੇਰਾ, ਸਤਿ ਸ਼੍ਰੀ ਅਕਾਲ ਵੀਰੇ, ਭਨੋਟ ਸਾਹਿਬ ਦੇਖ ਰਹੇ ਹਨ, ਸਤਿ ਸ਼੍ਰੀ ਅਕਾਲ, ਇਹ ਹਾਲਾਤ ਰਹੇ ਨੇ ਕੱਲ੍ਹ। ਤੁਸੀਂ ਕਹਿੰਦੇ ਹੋ ਜੀ ਖੈਰਾ ਦੀ ਬੱਲੇ ਬੱਲੇ, ਉਹ ਗੁਰੂ ਮਹਾਰਾਜ ਪਿਆਰੀ ਸਾਧ ਸੰਗਤ ਦੀ ਬੱਲੇ ਬੱਲੇ, ਆਸ਼ੀਰਵਾਦ ਰਿਹਾ ਕਰ ਮਹਾਰਾਜ ਦਾ, ਆਸ਼ੀਰਵਾਦ ਸੀ ਖੈਰਾ ਸਾਹਿਬ ਨੂੰ ਯਾਰ, ਕੀ ਮੈਂ ਤੁਸੀਂ ਕੀ ਕਹਿੰਦੇ ਹੋ, ਖੈਰਾ ਆਪਣੇ ਲੜਾਈ ਕਰ ਰਿਹਾ ਜੀ, ਖੈਰਾ ਆਪਣੇ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਲੜ ਰਿਹਾ, ਖੈਰ ਯਾਰ ਇਨਸਾਫ਼ ਵਾਸਤੇ ਲੜ ਰਿਹਾ ਉਹ ਬੰਦਾ ਵਿਚਾਰਾ, ਗੁਰੂ ਮਹਾਰਾਜ ਦੀ ਜਿਹੜੀ ਬੇਦਬੀ ਹੋਈ ਆ ਉਹਦੇ ਇਨਸਾਫ਼ ਵਾਸਤੇ ਲੜਾਈ ਲੜੀ ਆ ਉਹਨੇ, ਔਰ ਮੈਂ ਕਹਿੰਦਾ ਅਸੀਂ ਉਸ ਗੁਰੂ ਮਹਾਰਾਜ ਸਾਹਿਬ ਦੇ ਆਸ਼ੀਰਵਾਦ ਨਾਲ ਸਾਰੀ ਸਾਧ ਸੰਗਤ ਦਾ, ਸਾਰੇ ਜਿਹੜੇ ਬੰਦੇ ਉੱਥੇ ਪਹੁੰਚੇ ਆ, ਗੁਰੂ ਪਿਆਰੀ ਫੌਜ ਪਹੁੰਚੀ ਆ, ਉਹਦਾ ਧੰਨਵਾਦ ਕਰਦੇ ਹਾਂ, ਉਹਨਾਂ ਦਾ ਲੱਖ ਲੱਖ ਅਸੀਂ ਧੰਨਵਾਦ ਹੈ, ਖੀਰ ਟੀਮ ਖੈਰਾ ਵੱਲੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ, ਬਹੁਤ ਧੰਨਵਾਦ ਹੈ ਉਹਨਾਂ ਦਾ, ਕਿ ਜਿਹੜੇ ਇੱਕ ਛੋਟੀ ਜਿਹੀ ਕਾਲ ਦੇ ਉੱਤੇ ਬਰਗਾੜੀ ਰੋਸ ਮਾਰਚ ਦੇ ਵਿੱਚ ਪਹੁੰਚੇ, ਬਹੁਤ ਧੰਨਵਾਦ ਅਸੀਂ ਉਹਨਾਂ ਦਾ ਕਰਦੇ ਹਾਂ, ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਉਹਨਾਂ ਦੇ ਕਿ ਉਹਨਾਂ ਨੇ ਇੱਕ ਛੋਟੀ ਜਿਹੀ ਕਾਲ ਦੇ ਉੱਤੇ ਅਸੀਂ ਉੱਥੇ ਪਹੁੰਚੇ, ਉਹ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ, ਔਰ ਇਹਨਾਂ ਦਾ ਹੁਣ ਤੁਸੀਂ ਆਪ ਸਮਝਦਾਰ ਹੋ, ਜਿਹੜੇ ਮੇਰੇ ਵੀਰ ਦੇਖ ਰਹੇ ਹੈ ਜਾਂ ਜਿਹੜੇ ਬਾਅਦ 'ਚ ਦੇਖਣਗੇ ਜਾਂ ਸ਼ੇਅਰ ਕਰਨਗੇ, ਹੁਣ ਤੁਸੀਂ ਦੋਸਤੋ ਆਪ ਆਪਣੇ ਦਿਲ 'ਤੇ ਹੱਥ ਰੱਖ ਕੇ ਦੇਖੋ ਕਿ ਯਾਰ ਇਹ ਰੈਲੀ ਹੈ, ਬੰਦੇ ਨੂੰ ਬਾਥਰੂਮ ਆ ਰਿਹਾ ਹੋਏ ਔਰ ਬੰਦੇ ਨੂੰ ਪਿਸ਼ਾਬ ਆ ਰਿਹਾ ਹੋਏ ਔਰ ਉਹਨੂੰ ਰੈਲੀ 'ਚੋਂ ਉੱਠ ਕੇ ਬਾਹਰ ਨਾ ਜਾਣ ਦਿੱਤਾ ਜਾਏ ਯਾਰ, ਫਿਰ ਉੱਥੇ ਹੀ ਕਰਦੇ ਕਿ ਨਹੀਂ ਕੁਰਸੀ ਦੇ ਉੱਤੇ ਬੈਠਾ ਰਿਹਾ, ਕੁਰਸੀ ਖਾਲੀ ਨਜ਼ਰ ਨਹੀਂ ਆਉਣੀ ਚਾਹੀਦੀ ਜਦ ਤੱਕ ਰੈਲੀ ਚੱਲ ਰਹੀ ਹੈ, 4 ਘੰਟੇ ਕਿਹੜਾ ਬੰਦਾ ਯਾਰ ਬਾਥਰੂਮ ਰੋਕ ਕੇ ਬੈਠੇਗਾ, ਇੰਨੀ ਬੇਸ਼ਰਮੀ ਦੀ ਹੱਦ ਕੀਤੀ ਹੈ ਯਾਰ ਇਹਨਾਂ ਲੋਕਾਂ ਨੇ ਕੱਲ੍ਹ, ਅਮਨ ਵੀਰ ਕਿਸੇ ਨੂੰ ਨਹੀਂ ਮਿਲਿਆ ਗਾ ਵੀਰੇ ਕੱਲ੍ਹ, ਜਿਹੜੇ ਆਪਣੇ ਯਾਰ ਮਿੱਤਰ ਹੈ ਦੋਸਤ ਹੈ ਕਿਸੇ ਨੂੰ ਨਹੀਂ ਮਿਲਿਆ ਗਾ, ਲੇਕਿਨ ਕੱਲ੍ਹ ਮੈਂ ਬੜਾ ਧੰਨਵਾਦੀ ਹਾਂ ਵੀਰਾਂ ਦਾ, ਮਿੱਤਰਾਂ ਦਾ ਜਿਹੜੇ ਮੈਨੂੰ ਉੱਥੇ ਮਿਲੇ ਨੇ, ਜਿਨ੍ਹਾਂ ਨੂੰ ਮੈਂ ਪਹਿਚਾਣਦਾ ਨਹੀਂ, ਫੇਸਬੁੱਕ 'ਤੇ ਫਰੈਂਡਸ ਨੇ ਸੁਣਦੇ ਨੇ ਸਾਡੀ ਆਵਾਜ਼, ਉਹ ਮਿਲੇ ਨੇ, ਬਹੁਤ ਮਾਣ ਸਨਮਾਨ ਦਿੱਤਾ ਉਹਨਾਂ ਨੇ, ਮੈਂ ਬਹੁਤ ਧੰਨਵਾਦ ਹਾਂ ਉਹਨਾਂ ਵੀਰਾਂ ਦਾ, ਮਿਲੇ ਨੇ, ਸੈਲਫੀਆਂ ਤੱਕ ਖਿੱਚ ਕੇ ਲੈ ਕੇ ਗਏ ਨੇ ਸਾਡੇ ਨਾਲ, ਅਸੀਂ ਮੈਂ ਬਹੁਤ ਧੰਨਵਾਦ ਕਰਦਾ, ਇੰਨਾ ਮਾਣ ਆਦਰ ਸਤਿਕਾਰ ਆਪਣੇ ਭਰਾ ਨੂੰ ਦਿੰਦੇ ਨੇ, ਮੈਂ ਬਹੁਤ ਧੰਨਵਾਦ ਹਾਂ ਉਹਨਾਂ ਵੀਰਾਂ ਦਾ ਜਿਹੜੇ ਕੱਲ੍ਹ ਉੱਥੇ ਮਿਲੇ, ਜਾਫੀਆਂ ਪਾ ਕੇ ਮਿਲੇ, ਦਿਲੋਂ ਪਿਆਰ ਕਰਦੇ ਨੇ ਉਹ ਵੀਰ ਸਾਡੇ, ਬਹੁਤ ਧੰਨਵਾਦ ਹੈ ਸਾਡਾ ਉਹਨਾਂ ਦਾ, ਕਿਸੇ ਨੂੰ ਨਹੀਂ ਮਿਲ ਪਾਇਆ ਸੀ, ਇੰਨਾ ਇੰਨਾ ਉੱਥੇ ਲੋਕਾਂ ਦਾ ਇਕੱਠ ਸੀ, ਕਹਿੰਦੇ ਜੀ ਇੱਕ ਬੰਦਾ ਆਪਣੀ ਲੜਾਈ ਲੜ ਰਿਹਾ, ਨਾ ਬੰਦਾ ਨਹੀਂ ਲੜਾਈ ਲੜ ਰਿਹਾ ਉਹ, ਔਰ ਗੁਰੂ ਮਹਾਰਾਜ ਸਾਹਿਬ ਦੀ ਲੜਾਈ ਲੜ ਰਿਹਾ ਉਹਨਾਂ ਦੇ ਆਸ਼ੀਰਵਾਦ ਦੇ ਨਾਲ। ਹਾਂ ਮਿਲੇ ਸੀ ਸੰਧੂ ਸਾਹਿਬ, ਆਪਾਂ ਮਿਲੇ ਸੀ ਵੀਰ, ਉਹ ਗੁਰੂ ਮਹਾਰਾਜ ਸਾਹਿਬ ਦੇ ਇਨਸਾਫ਼ ਦੀ ਲੜਾਈ ਲੜ ਰਿਹਾ, ਜਿਹੜੀ ਬੇਦਬੀ ਹੋਈ ਹੈ ਉਹਦੇ ਪਿੱਛੇ ਲੜਾਈ ਕਰ ਰਿਹਾ ਉਹ, ਔਰ ਤੁਸੀਂ ਲੋਕ ਕਿਹਦੀ ਲੜਾਈ ਲੜ ਰਹੇ ਹੋ, ਤੁਸੀਂ ਅੱਜ ਤੱਕ ਨਹੀਂ ਦੱਸਿਆ ਪਟਿਆਲੇ ਅਕਾਲੀ ਦਲ ਦੀ ਰੈਲੀ ਦਾ ਕੀ ਮੰਤਵ ਸੀ ਔਰ ਲੰਬੀ ਕਾਂਗਰਸ ਦੀ ਰੈਲੀ ਦਾ ਕੀ ਮੰਤਵ ਸੀ, ਖਾਲੀ ਜ਼ਿੰਦਾਬਾਦ, ਖਾਲੀ ਬੱਸਾਂ 'ਚ ਬੈਠ ਕੇ ਜ਼ਿੰਦਾਬਾਦ, ਤੁਹਾਡੇ ਲਾਈਵ ਚੱਲ ਰਹੇ ਸੀ, ਲੰਬੀ ਤੋਂ ਵੀ ਚੱਲ ਰਹੇ ਸੀ ਔਰ ਪਟਿਆਲੇ ਤੋਂ ਵੀ ਚੱਲ ਰਹੇ ਸੀ, ਬਰਗਾੜੀ ਤੋਂ ਕਿਉਂ ਲਾਈਵ ਨਹੀਂ ਹੋਇਆ ਕੱਲ੍ਹ, 6:30-7 ਵਜੇ ਤੋਂ ਬਾਅਦ ਉੱਥੇ ਕਵਰੇਜ ਆਈ ਹੈ, ਦੱਸੋ ਜਵਾਬ ਨਹੀਂ ਹੈ ਤੁਹਾਡੇ ਕੋਲ, ਅਸੀਂ ਉੱਥੇ ਕੀ ਕੀਤਾ, ਅਸੀਂ ਕਿਸੇ ਨੂੰ ਬੱਸ ਨਹੀਂ ਦਿੱਤੀ, ਅਸੀਂ ਕਿਸੇ ਨੂੰ ਲੰਗਰ ਦੇ ਪੈਸੇ ਨਹੀਂ ਦਿੱਤੇ, ਅਸੀਂ ਕਿਸੇ ਨੂੰ ਟੈਂਟ ਲਾਉਣ ਨੂੰ ਨਹੀਂ ਕਿਹਾ, ਅਸੀਂ ਕਿਸੇ ਨੂੰ ਕੋਈ ਚੀਜ਼ ਨਹੀਂ ਭੇਜੀ, ਅਸੀਂ ਟੱਪ ਭਰ ਕੇ ਦਾਰੂ ਨਹੀਂ ਵੰਡੀ, ਅਸੀਂ ਬੱਸਾਂ ਦੇ ਪੈਸੇ ਨਹੀਂ ਭੇਜੇ, ਅਸੀਂ ਲਾਲਚ ਨਹੀਂ ਦਿੱਤੇ ਕਿ ਸਾਡੀ ਸਰਕਾਰ ਹੈ 4 ਬੱਸਾਂ ਲੈ ਕੇ ਆ ਵੀ ਕੱਲ੍ਹ ਤੇਰਾ ਇਹ ਕੰਮ ਹੋ ਜਾਏਗਾ, ਤੁਸੀਂ ਸਭ ਕੁਝ ਕੀਤਾ ਇਹ।
ਅਸੀਂ ਕੁਛ ਨਹੀਂ ਕੀਤਾ। ਲੋਕ ਆਪ ਮੁਹਾਰੇ ਹੋ ਕੇ ਲੱਖਾਂ ਦੀ ਤਾਦਾਦ 'ਚ ਕੱਲ੍ਹ ਬਰਗਾੜੀ ਦੇ ਮੋਰਚੇ 'ਤੇ ਪਹੁੰਚੇ ਨੇ। ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ, ਸਮੁੰਦਰਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ। ਲੋਕਾਂ ਦਾ ਹੜ੍ਹ ਸੀ, ਸੁਨਾਮੀ ਸੀ ਕੱਲ੍ਹ ਉੱਥੇ ਪੂਰੀ। ਸ਼ਾਇਦ ਮੇਰਾ ਅੰਕੜਾ ਘੱਟ ਹੋਏ, 4.5 ਤੋਂ 5.5 ਲੱਖ, ਵੀਰਾਂ ਨੇ 10 ਲੱਖ ਲਿਖਿਆ, 8 ਲੱਖ ਲਿਖਿਆ। ਸਰਕਾਰ ਕਹਿੰਦੀ 40 ਤੋਂ 50 ਹਜ਼ਾਰ, ਫਿਰ ਵੀ ਆਪਣੇ ਘੱਟ ਤੋਂ ਤਾਂ ਜ਼ਿਆਦਾ ਦੱਸ ਰਹੀ ਹੈ ਨਾ ਸਰਕਾਰ। 20 ਹਜ਼ਾਰ ਤੋਂ 50 ਹਜ਼ਾਰ ਤਾਂ ਸਾਡਾ ਦੱਸਦੀ ਹੈ, ਅਸੀਂ 30 ਹਜ਼ਾਰ ਫਿਰ ਵੀ ਉੱਪਰ ਹਾਂ। ਉੱਥੇ ਕੋਈ ਕਿਸੇ ਦਾ ਉਹ ਨਹੀਂ ਸੀ, ਕੋਈ ਰਾਜਨੀਤਿਕ ਏਜੰਡਾ ਨਹੀਂ ਸੀ, ਕੁਛ ਨਹੀਂ ਸੀ ਕੱਲ੍ਹ ਉੱਥੇ। ਕੋਈ ਸਟੇਜ ਨਹੀਂ ਲਾਈ, ਕੋਈ ਵੱਡੇ ਵੱਡੇ ਸਪੀਕਰ ਨਹੀਂ ਲਾਏ, ਕੋਈ ਮਾਈਕ ਨਹੀਂ ਲਾਏ, ਕੋਈ ਗਾਣ ਬਾਣ ਵਾਲੇ ਬਜਾਉਣ ਵਾਲੇ ਨਹੀਂ ਬੁਲਾਏ। ਇੱਕ 400 ਟਾਟਾ 407 ਦੇ ਟਰੱਕ ਉੱਤੇ ਹੀ 2 ਮੇਜ ਰੱਖ ਕੇ ਸਟੇਜ ਬਣਾਤੀ ਸੀ, ਉਹੀ ਟਰੱਕ ਰੋਸ ਮਾਰਚ ਨੂੰ ਚੱਲ ਪਿਆ ਸੀ। ਇਹ ਸੀ ਇਹਨੂੰ ਕਹਿੰਦੇ ਆ ਸੁਖਪਾਲ ਸਿੰਘ ਖਹਿਰਾ। ਕੋਈ ਖਰਚਾ ਨਹੀਂ, ਕਿਉਂਕਿ ਪੈਸੇ ਨਹੀਂ ਹੈ, ਨਾ ਹੀ ਸਾਨੂੰ ਲੋੜ ਹੈ, ਨਾ ਹੀ ਸਾਨੂੰ ਲੋੜ ਹੈ। ਔਰ ਤੁਸੀਂ ਬੇਇੰਤਹਾ ਪੈਸਾ ਖਰਚ ਕੀਤਾ, ਅੰਨੇਵਾਹ ਪੈਸਾ ਖਰਚ ਕੀਤਾ। ਔਰ ਇਕੱਠ 17 ਤੋਂ 18 ਹਜ਼ਾਰ, ਇਤਿਹਾਸਕ ਰੈਲੀ ਦਾ ਇਕੱਠ 17 ਤੋਂ 18 ਹਜ਼ਾਰ, ਉਹ ਵੀ ਟੱਪ ਭਰ ਭਰ ਕੇ ਦਾਰੂ ਵੰਡ ਕੇ, ਤਾਂ ਵੀ 17 ਤੋਂ 18 ਹਜ਼ਾਰ ਦਾ ਇਕੱਠ। ਔਰ ਦੂਜੇ ਪਾਸੇ 20 ਤੋਂ 21 ਹਜ਼ਾਰ ਦਾ ਇਕੱਠ। ਔਰ ਦੁਨੀਆ ਭਰ ਦੀ ਫੈਸਿਲਿਟੀਆਂ ਦੇ ਕੇ, ਖਾਣਾ ਵੀ, ਪਾਣੀ ਵੀ, ਆਉਣ ਵੀ, ਜਾਣ ਵੀ, ਹਰੇਕ ਚੀਜ਼। ਔਰ ਇੱਧਰ ਕੱਖ ਨਹੀਂ, ਕੁਛ ਨਹੀਂ ਦਿੱਤਾ, ਖਾਲੀ ਪ੍ਰਸ਼ਾਦਾ ਚੱਲ ਰਿਹਾ ਸੀ ਬਰਗਾੜੀ ਦੇ ਮੋਰਚੇ ਦੇ ਉੱਤੇ ਲੰਗਰ ਦਾ। ਔਰ ਲੋਕ ਆਪ ਟਰਾਲੀਆਂ ਭਰ ਭਰ ਕੇ ਲੰਗਰਾਂ ਦੀ ਲੈ ਕੇ ਆਏ। ਕੱਲ੍ਹ ਮੈਂ ਦੇਖਿਆ ਸਾਡਾ ਮੇਰਾ ਵੀਰ ਇੱਕ ਹੈਂਡੀਕੈਪਡ, ਮੈਂ ਉਹਦੀ ਫੋਟੋ ਕਲਿੱਕ ਕੀਤੀ ਹੋਈ ਹੈ ਦੋਸਤੋ, ਫੇਸਬੁੱਕ 'ਤੇ ਪਾਵਾਂਗਾ। ਉਹ 2 ਮੇਰੇ ਵੀਰ ਇੱਕ ਖੇਤਾਂ ਨੂੰ ਜਾ ਕੇ ਮੋਟਰ ਤੋਂ ਪਾਣੀ ਦੀ ਬੋਤਲਾਂ ਭਰ ਭਰ ਕੇ ਲਿਆ ਰਿਹਾ ਸੀ, ਔਰ ਮੇਰਾ ਹੈਂਡੀਕੈਪਡ ਵੀਰ ਆਵਾਜ਼ਾਂ ਮਾਰ ਮਾਰ ਕੇ ਕਹਿ ਰਿਹਾ ਸੀ, ਜਲ ਛੱਕ ਲਓ ਵਾਹਿਗੁਰੂ ਜੀ, ਜਲ ਛੱਕ ਲਓ ਵਾਹਿਗੁਰੂ ਜੀ, ਜਲ ਛੱਕ ਲਓ। ਇਹ ਸੇਵਾ ਕਰ ਰਹੇ ਸੀ ਲੋਕ ਕੱਲ੍ਹ ਉੱਤੇ। ਉਸ ਚੀਜ਼ ਨੂੰ, ਉਸ ਵਿਚਾਰੇ ਨੂੰ ਕਿਸ ਚੀਜ਼ ਦਾ ਲਾਲਚ ਹੈ ਮੇਰੇ ਖਿਆਲ, ਕਿਉਂਕਿ ਉਹਦੇ ਮਨ 'ਚ ਹੈ ਕਿ ਮੈਂ ਆਪਣੇ ਗੁਰੂ ਸਾਹਿਬ ਦੀ ਜਿਹੜੀ ਬੇਦਬੀ ਹੋਈ ਹੈ ਮੈਂ ਉਹਦਾ ਇਨਸਾਫ ਲੈਣਾ ਹੈ। ਉਹ ਬੰਦਾ 10 ਘੰਟੇ ਉੱਥੇ ਪਾਣੀ ਵਰਤਾਉਂਦਾ ਰਿਹਾ ਆਪਣੇ ਸਕੂਟਰ ਦੇ ਉੱਤੇ ਬੈਠ ਕੇ, ਉਸ ਵਿਚਾਰੇ ਦੀ ਲੱਤਾਂ ਹੈਂਡੀਕੈਪਟ ਸੀ। ਦੱਸੋ ਉਸਨੂੰ ਕੀ ਲਾਲਚ ਹੈ, ਉਸਨੂੰ ਸਰਦਾਰ ਸੁਖਪਾਲ ਸਿੰਘ ਖਹਿਰੇ ਤੋਂ ਕੀ ਚਾਹੀਦਾ ਸੀ, ਜਾਂ ਉਸਨੂੰ ਕੀ ਐਸੀ ਕੜੀ ਚੇਅਰਮੈਨੀ ਚਾਹੀਦੀ ਸੀ, ਜਾਂ ਐਸੀ ਕੜੀ ਟਿਕਟ ਚਾਹੀਦੀ ਸੀ ਉਸ ਬੰਦੇ ਨੂੰ? ਦੱਸੋ, ਜਵਾਬ ਹੈ। ਸਰਦਾਰ ਬਲਦੇਵ ਸਿੰਘ ਜੈਤੋ ਜੀ ਦੇਖ ਰਹੇ ਹਨ, MLA ਜੈਤੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਜੈਤੋ ਸਾਹਿਬ ਕੱਲ੍ਹ ਆਪ ਹੱਥ 'ਚ ਫੜ ਕੇ ਪ੍ਰਸ਼ਾਦਾ ਖਾ ਰਹੇ ਸੀ, ਇਹ ਟਰੱਕ ਦੇ ਉੱਤੇ ਬੈਠੇ ਸੀ ਡਾਲੇ ਦੇ ਉੱਤੇ। ਇਹ ਹੈ ਸਾਡੇ MLA, ਇਹ ਹੈ ਸਾਡੀ ਗੁਰੂ ਪਿਆਰੇ ਦੀ ਲਾਡਲੀ ਫੌਜ। ਕੱਲ੍ਹ ਮੈਂ ਜੈਤੋ ਸਾਹਿਬ ਨੂੰ ਮਿਲਿਆ ਵੀ ਸੀ, ਸਤਿ ਸ਼੍ਰੀ ਅਕਾਲ ਕੀਤੀ ਵੀ, ਗੱਲ ਵੀ ਹੋਈ ਸਾਡੀ 2 ਮਿੰਟ। ਇਹ ਹੈ ਸਾਡੇ MLA, ਵੱਡੀਆਂ ਵੱਡੀਆਂ ਗੱਡੀਆਂ 'ਚ ਨਹੀਂ ਬਹਿ ਕੇ ਆਏ ਹੋਏ, ਜਿਹੜੀਆਂ ਵੱਡੀਆਂ ਵੱਡੀਆਂ AC ਚਲਾਉਣ ਵਾਲੀ ਗੱਡੀਆਂ ਸੀ। ਔਰ ਜੈਤੋ ਸਾਹਿਬ ਨਾਲ ਸਰਦਾਰ ਜੈਕਿਸ਼ਨ ਰੋੜੀ ਜੀ ਵੀ ਬੈਠੇ ਹੋਏ ਸੀ, ਮੈਂ ਉਹਨਾਂ ਨੂੰ ਪਹਿਚਾਣ ਨਹੀਂ ਸਕਿਆ, ਮਾਫ਼ੀ ਚਾਹਵਾਂਗਾ, ਮੈਂ ਸਰਦਾਰ ਜੈਕਿਸ਼ਨ ਰੋੜੀ ਸਾਹਿਬ ਤੋਂ ਮਾਫ਼ੀ ਚਾਹਵਾਂਗਾ। ਮੈਂ ਸਮਝਿਆ ਕੋਈ ਆਮ ਜਿਹਾ ਬੰਦਾ ਬੈਠਾ, ਕੋਈ ਆਮ ਜਿਹਾ ਸਧਾਰਨ ਜਿਹਾ ਆਦਮੀ ਬੈਠਾ। ਮੈਂ 2 ਵਾਰੀ ਕਿਹਾ ਕਿ ਉੱਪਰ ਖਹਿਰਾ ਸਾਹਿਬ ਨੂੰ ਜਰਾ ਬੁਲਾ ਦਿਓ, ਸਤਿ ਸ਼੍ਰੀ ਅਕਾਲ ਕਰਨੀ ਹੈ ਮੈਨੇ ਉਹਨਾਂ ਨੂੰ। ਇਹ ਨੇ ਸਾਡੇ MLA, ਸਾਦਗੀ ਵਾਲੇ ਬੰਦੇ, ਕਿ ਪਤਾ ਹੀ ਨਹੀਂ ਲੱਗਦਾ ਕਿ ਯਾਰ ਇਹ ਬੰਦਾ MLA ਆ ਜਾਂ ਸਧਾਰਨ ਬੰਦਾ। ਇਹ ਨੇ ਸਾਡੇ ਬੰਦੇ ਦੋਸਤੋ। ਔਰ ਇਹ ਵੱਡੀਆਂ ਵੱਡੀਆਂ ਗੱਡੀਆਂ, ਮਰਸਡੀਜ਼ ਬੈਂਸ, ਵੱਡੀਆਂ ਵੱਡੀਆਂ SUV ਛੂੰ ਛੂੰ ਕਰਦੀਆਂ। ਕੱਲ੍ਹ ਮੈਂ ਕਹਿੰਦਾ ਸਾਡੇ ਕੋਲੋਂ ਸੈਂਕੜੀਆਂ ਗੱਡੀਆਂ ਲੰਘੀਆਂ, ਛੂੰ ਛੂੰ ਕਰਦੀਆਂ ਹੋਈਆਂ। ਮੇਰੇ ਕੋਲ ਸ਼ਾਇਦ ਜਦ ਅਸੀਂ ਚੰਨੋ ਪਿੰਡ ਦੇ ਕੋਲ ਪਹੁੰਚੇ ਸੀ, ਸਾਡੀ ਇਨੋਵਾ ਚੰਨੋ ਪਿੰਡ ਤੋਂ ਕ੍ਰੋਸ ਕਰ ਰਹੀ ਸੀ ਹਾਈਵੇ ਤੋਂ, ਤਾਂ ਸਾਹਮਣੇ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਪੂਰਾ ਸਾਨੂੰ ਕ੍ਰੋਸ ਕਰਕੇ ਲੰਘ ਗਿਆ। ਉਹ ਅਸੀਂ ਅੱਖਾਂ ਨਾਲ ਦੇਖਿਆ ਗੱਡੀ ਦੇ ਮੂਹਰੇ ਬੈਠਾ ਹੋਇਆ। ਔਰ ਗੱਡੀਆਂ, ਮੈਂ ਕਹਿੰਦਾ 30 ਤੋਂ 35 ਗੱਡੀਆਂ ਨਾਲ ਛੂੰ 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 ਹੋਟਰ ਮਾਰਦੀਆਂ ਗਈਆਂ ਨੇ। ਵਾਹ ਯਾਰ, ਕਿਹਦਾ ਪੈਸਾ ਹੈ? ਆਮ ਜਨਤਾ ਦੇ ਟੈਕਸ ਦਾ ਪੈਸਾ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਾਹਿਬ ਜਾ ਰਹੇ ਨੇ, ਆਪਣੀ ਅੱਖਾਂ ਨਾਲ ਦੇਖਿਆ ਸੀ ਦੋਸਤੋ। ਸ਼ਾਇਦ ਸਾਡੇ ਉੱਤੇ, ਸਾਡੇ ਬਲੈਕ ਫਲੈਗ ਦੇ ਉੱਤੇ, ਰੋਸ ਦੇ ਝੰਡੇ ਦੇ ਉੱਤੇ ਨਿਗਾਹ ਪਈ ਹੋਈ ਨਾ ਪਈ ਹੋਈ, ਲੇਕਿਨ ਸਾਡੀ ਨਿਗਾਹ ਜ਼ਰੂਰ ਪਈ ਸੀ। ਔਰ ਇਹਨਾਂ ਦਾ
ਇਹਨਾਂ ਦਾ ਕੋਈ ਦੀਨ ਮਾਨ ਨਹੀਂ ਹੈ ਦੋਸਤੋ, ਕੋਈ ਇਤਬਾਰ ਨਹੀਂ ਹੈ ਕਿ ਇਹ ਕੀ ਕਰਨਗੇ ਕੀ ਨਹੀਂ ਕਰਨਗੇ, ਕੀ ਹੋਏਗਾ ਕੀ ਨਹੀਂ ਹੋਏਗਾ ਨਾ। ਹੁਣ ਦੋਸਤੋ ਤੁਸੀਂ ਆਪ ਸੋਚਣ ਲਈ ਮਜਬੂਰ ਹੋ, ਤੁਸੀਂ ਆਪ ਸੋਚੋ ਬਹਿ ਕੇ, ਜਿਹੜੇ ਆਪਣੇ ਗੁਰੂ ਮਹਾਰਾਜ ਸਾਹਿਬ ਦੀ ਲੜਾਈ ਨਹੀਂ ਲੜ ਸਕਦੇ, ਜਿਹੜੇ ਆਪਣੇ ਗੁਰੂ ਮਹਾਰਾਜ ਸਾਹਿਬ ਦੀ ਬੇਦਬੀ ਵਾਸਤੇ ਨਹੀਂ ਲੜ ਸਕਦੇ, ਉਲਟਾ ਜੇ ਕੋਈ ਪ੍ਰੋਗਰਾਮ ਕਰ ਰਿਹਾ ਜਾਂ ਕੋਈ ਆਪਣੇ ਗੁਰੂ ਮਹਾਰਾਜ ਸਾਹਿਬ ਦੀ ਬੇਦਬੀ ਦੀ ਇਨਸਾਫ ਲੈਣ ਵਾਸਤੇ ਰੋਸ ਮਾਰਚ ਕੱਢ ਰਿਹਾ, ਉਹਦੇ ਪੈਰਲਰ ਰੈਲੀ ਰੱਖ ਕੇ ਟੱਪਾਂ 'ਚ ਭਰ ਕੇ ਦਾਰੂ ਵੰਡਦੇ ਨੇ। ਇਹ ਯਾਦ ਰੱਖਣਾ ਦੋਸਤੋ, 2019 ਤੁਹਾਡੇ ਸਾਹਮਣੇ ਹੈ, 2019 ਤੁਹਾਡੇ ਸਾਹਮਣੇ ਹੈ ਮੇਰੇ ਮਿੱਤਰੋ। ਇਹ ਯਾਦ ਰੱਖਣਾ ਹੁਣ ਕਿ ਕਿਹਨੇ ਟੱਪਾਂ 'ਚ ਭਰ ਕੇ ਦਾਰੂ ਵੰਡੀ ਹੈ ਔਰ ਕਿਹੜੇ 8-8 ਕਿਲੋਮੀਟਰ ਪੈਦਲ ਚੱਲ ਕੇ ਗਏ ਨੇ ਆਪਣੇ ਮਹਾਰਾਜ ਦੀ ਬੇਦਬੀ ਦੀ ਇਨਸਾਫ ਲੈਣ ਵਾਸਤੇ। ਇਹ ਯਾਦ ਰੱਖਣਾ ਮਿੱਤਰੋ ਤੁਸੀਂ, ਇਹ ਗੱਲਾਂ ਤੁਹਾਡੇ ਯਾਦ ਰੱਖਣ ਦੀਆਂ ਨੇ। ਵੀਡੀਓਜ਼ ਪਈਆਂ ਨੇ ਫੇਸਬੁੱਕ ਦੇ ਉੱਤੇ, ਟਵਿੱਟਰ 'ਤੇ, ਇੰਸਟਾਗ੍ਰਾਮ 'ਤੇ ਦੇਖ ਸਕਦੇ ਹੋ ਤੁਸੀਂ। ਕਮਾਲ ਹੈ ਯਾਰ, ਗੁਰੂ ਮਹਾਰਾਜ ਸਾਹਿਬ ਨੇ ਤਾਂ ਛਬੀਲ ਦੀ ਸੇਵਾ ਸ਼ੁਰੂ ਕੀਤੀ ਸੀ ਟੱਪਾਂ 'ਚ, ਔਰ ਇਹ ਕਹਿੰਦੇ ਨੇ ਅਸੀਂ ਪੰਥਕ ਪਾਰਟੀ ਹਾਂ, ਅਸੀਂ ਪੰਥ ਦੇ ਸੱਚੇ ਸਿਪਾਹੀ ਹਾਂ, ਔਰ ਇਹਨਾਂ ਨੇ ਕੀ ਕੀਤਾ ਗੁਰੂ ਮਹਾਰਾਜ ਸਾਹਿਬ ਦੇ ਉਹਨਾਂ ਦੇ ਟੱਪਾਂ 'ਚ ਇਹਨਾਂ ਨੇ ਛਬੀਲ ਕੱਢ ਕੇ ਦਾਰੂ ਭਰਤੀ ਹੈ। ਦਾਰੂ ਭਰ ਕੇ ਐਂ ਵੰਡ ਰਹੇ ਨੇ ਦਾਰੂ, ਜਿਵੇਂ ਮੈਂ ਕਹਿੰਦਾ ਛਬੀਲ ਵੰਡ ਰਹੇ ਹਾਂ। ਉਹ ਯਾਰ ਪਾਣੀ ਵੰਡ ਲਓ, ਉਹ ਮਿੱਠਾ ਪਾਣੀ ਵੰਡ ਲੈਂਦੇ ਬੇਸ਼ਰਮੋ, ਔਰ ਨਾਲ ਜਿਹੜਾ ਮਟੀਰੀਅਲ ਖਾਣ ਨੂੰ ਰੱਖਿਆ ਹੋਇਆ ਸੀ ਉਹ ਲੈਦਾ। ਦੇਖ ਕੇ ਬੜਾ ਗੁੱਸਾ ਵੀ ਆਇਆ ਔਰ ਇਹਨਾਂ ਦੀ ਬੁੱਧੀ ਦੇ ਉੱਤੇ ਹਾਸਾ ਵੀ ਆਇਆ ਕਿ ਜਿਹੜਾ ਕਲਯੁੱਗ ਦਾ ਪੈਰ ਹੈ ਨਾ, ਉਹਨੇ ਬੁੱਧੀ ਭ੍ਰਸ਼ਟ ਕਰਤੀ ਹੈ, ਬੁੱਧੀ ਭ੍ਰਸ਼ਟ ਕਰਤੀ ਹੈ, ਕਾਲ ਦੇ ਵੱਲ ਭੱਜ ਰਹੇ ਨੇ ਪੂਰੀ ਸਪੀਡ ਦੇ ਨਾਲ ਇਹਨਾਂ ਦੇ ਕਾਰਨਾਮੇ ਜਿਹੜੇ। ਕੱਲ੍ਹ ਤੁਸੀਂ ਦਾਰੂ ਜਿਹੜੀ ਵੰਡੀ ਹੈ ਛਬੀਲ ਦੇ, ਮੈਂ ਕਹਿੰਦਾ ਛਬੀਲ ਦੀ ਤਰ੍ਹਾਂ ਤੁਸੀਂ ਦਾਰੂ ਵੰਡੀ ਹੈ ਯਾਰ, ਬੇਸ਼ਰਮੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਔਰ ਦੂਜੇ ਪਾਸੇ ਬਠਿੰਡੇ ਕੋਲ ਠੇਕਾ ਹੀ ਲੁੱਟ ਲਿਆ ਯਾਰ, ਹੱਦ ਹੈ ਤੁਹਾਡੀ, ਉਹ ਠੇਕਾ ਹੀ ਲੁੱਟ ਲਿਆ, ਕਮਾਲ ਹੈ ਯਾਰ। ਅਸੀਂ ਹੰਕਾਰ ਨਹੀਂ ਕਰਦੇ ਨਾ, ਸਾਡੇ ਨਾਲ ਭਾਈ ਸਾਹਿਬ ਗਏ ਹੋਏ ਸੀ, ਸਰਪੰਚ ਸਾਹਿਬ ਸੇਬਾਂ ਦੀ ਪੇਟੀ ਲੈ ਕੇ ਗਏ ਹੋਏ ਸੀ, ਮੇਰੇ ਖਿਆਲ ਅਸੀਂ ਇੱਕ ਮਸਾਂ ਹੀ ਖਾਧਾ ਹੋਣਾ, ਸਾਰੀ ਵਰਤਾਤ ਹੀ। ਮੈਂ ਖੁਦ ਘਰੋਂ ਵੱਡਾ ਡੋਲੂ ਸਬਜ਼ੀ ਦਾ ਬਣਾ ਕੇ ਅਸੀਂ ਲੈ ਕੇ ਗਏ ਸੀ, 30-35-40 ਕੁਲਚੇ ਲੈ ਕੇ ਗਏ ਸੀ, ਮੇਰੇ ਖਿਆਲ ਅਸੀਂ 1 ਜਾਂ 2 ਖਾਧੇ ਹੋਣੇ, ਸਭ ਵਰਤਾਤ ਹੈ ਗੁਰੂ। ਕੁਛ ਨਹੀਂ ਹੈ, ਸਾਡੀ ਔਕਾਤ ਨਹੀਂ ਹੈ ਕੁਝ ਬਣਾ ਕੇ ਲੈ ਕੇ ਜਾਣ ਦੀ ਵੰਡਣ ਦੀ, ਪਰ ਅਸੀਂ ਦਾਰੂ ਨਹੀਂ ਵੰਡੀ, ਅਸੀਂ ਗੰਦ ਮੰਦ ਨਹੀਂ ਵੰਡਿਆ ਉੱਥੇ ਲੋਕਾਂ ਨੂੰ ਭਰਮਾਉਣ ਲਈ। ਸਾਡੇ ਕੋਲ ਤਾਂ ਬਈ ਵੱਡੇ ਵੱਡੇ ਦਾਨੀ ਟਰੱਕਾਂ 'ਚ ਭਰ ਭਰ ਕੇ ਪ੍ਰਸ਼ਾਦਿਆਂ ਦੇ ਲੱਖਾਂ ਦੇ ਤਾਦਾਦ 'ਚ ਪ੍ਰਸ਼ਾਦੇ ਘਰ ਲੈ ਕੇ ਆਏ ਹੋਏ ਸੀ, ਕੋਈ ਆਲੂ ਗੋਭੀ ਦੀ ਸਬਜ਼ੀ, ਕੋਈ ਛੋਲਿਆਂ ਦੀ ਸਬਜ਼ੀ, ਕੋਈ ਦਾਲ ਦੀ ਸਬਜ਼ੀ, ਕੋਈ ਖੀਰ, ਕੋਈ ਮੈਂ ਕਹਿੰਦਾ ਦੁੱਧ, ਕੋਈ ਛਬੀਲ, ਕੋਈ ਫਰੂਟ, ਕੋਈ ਕੀ, ਮੈਂ ਕਿਹਾ ਬੇਅੰਤ। ਲੋਕਾਂ ਨੇ ਆਪ ਮੁਹਾਰੇ ਹੋ ਕੇ ਸੇਵਾ ਕੀਤੀ ਹੈ, ਲੋਕ ਆਪ ਮੁਹਾਰੇ ਚੱਲ ਕੇ ਆਏ ਨੇ। ਹੁਣ ਸਮਝਦਾਰ ਹੋ ਅਤੇ ਸਿਆਣੇ ਬਣ ਜਾਓ, ਮੈਂ ਕਹਿੰਦਾ ਦੋਨਾਂ ਨੂੰ ਕਹਿ ਰਿਹਾ, ਮੈਂ ਦੋਨਾਂ ਨੂੰ ਕਹਿ ਰਿਹਾ ਹੁਣ ਕਿ ਬੰਦੇ ਬਣ ਜਾਓ, ਨਹੀਂ ਤਾਂ 2019 ਵੀ ਆ ਰਹੀ ਹੈ ਔਰ 2022 ਵੀ ਆ ਰਹੀ ਹੈ। ਲੋਕਾਂ ਨੇ ਉਹ ਭੁੰਚੇ ਲਾਉਣੇ ਨੇ ਕਿ ਉੱਠਣ ਜੋਗੇ ਨਹੀਂ ਛੱਡਣੇ ਹੁਣ, ਯਾਦ ਰੱਖਣਾ ਤੁਸੀਂ ਇਹ, ਲੋਕਾਂ ਨੇ ਉਹ ਭੁੰਚੇ ਲਾਉਣੇ ਆ ਤੁਹਾਨੂੰ ਹੁਣ। ਔਰ ਮੈਂ ਆਪਣੇ ਵਾਲਿਆਂ ਨੂੰ ਵੀ ਅਪੀਲ ਕਰਦਾ ਕਿ ਸਹੀ ਤਰੀਕੇ ਨਾਲ ਚੱਲੋ ਹੁਣ। ਕੱਲ੍ਹ ਸਵੇਰੇ ਅਸੀਂ ਜਾ ਰਹੇ ਸੀ, ਆਪਣੇ ਵਾਲੇ ਦੀ ਵੀ ਥੋੜ੍ਹੀ ਜਿਹੀ ਗੱਲ ਸੁਣਾ ਲਈਏ ਮਿੱਤਰੋ। ਗੱਡੀ 'ਚ ਸੁਨੇਹਾ ਆ ਗਿਆ, ਮੈਸੇਜ ਆ ਗਿਆ ਕਿ ਅਸੀਂ ਰੋਸ ਮਾਰਚ 'ਚ ਨਹੀਂ ਜਾਵਾਂਗੇ, ਸਾਡੇ ਹਰਪਾਲ ਚੀਮਾ ਜੀ ਕਹਿੰਦੇ ਅਸੀਂ ਸਿੱਧੇ ਬਰਗਾੜੀ ਮੋਰਚੇ 'ਤੇ ਪਹੁੰਚਾਂਗੇ। ਕਮਾਲ ਹੈ ਯਾਰ, ਤੁਹਾਡੀ ਵੀ ਹੱਦ ਹੈ, ਤੁਸੀਂ ਵੀ ਇਹਨਾਂ ਨਾਲ ਲੱਗੇ ਹੋਏ ਹੋ। ਕਦੀ ਕਹਿੰਦੇ ਹੋ ਅਸੀਂ ਨਹੀਂ ਜਾਵਾਂਗੇ, ਕਦੀ ਕਹਿੰਦੇ ਹੋ ਧਰਨਾ ਲਾਵਾਂਗੇ, ਕਦੀ ਕਹਿੰਦੇ ਹੋ ਜੀ ਅਸੀਂ ਰੋਸ ਮਾਰਚ 'ਚ ਜਾਵਾਂਗੇ, ਕਦੀ ਕਹਿੰਦੇ ਹੋ ਅਸੀਂ ਨਹੀਂ ਜਾਵਾਂਗੇ। ਯਾਰ ਸਟੈਂਡ ਤਾਂ ਇੱਕ ਰੱਖ ਲਓ ਕਿ ਹੈ ਹੀ ਨਹੀਂ, ਰਿਹਾ ਹੀ ਨਹੀਂ ਸਟੈਂਡ। ਚਲੋ ਫਿਰ ਵੀ ਬਰਗਾੜੀ ਮੋਰਚੇ 'ਤੇ ਗੁਰੂ ਮਹਾਰਾਜ ਸਾਹਿਬ ਦੀ 'ਚ ਹਾਜ਼ਰੀ ਲਵਾਉਣ ਪਹੁੰਚੇ, ਆਪਣੀ ਅਮਨ ਅਰੋੜਾ ਜੀ ਪਹੁੰਚੇ, ਸਾਡੇ ਬੀਬੀ ਬਲਜਿੰਦਰ ਕੌਰ ਜੀ ਪਹੁੰਚੇ, ਭਗਵੰਤ ਮਾਨ ਸਾਹਿਬ ਪਹੁੰਚੇ, ਪ੍ਰਿੰਸੀਪਲ ਬੁੱਧ ਰਾਮ ਜੀ ਪਹੁੰਚੇ, ਜਿੰਨੇ ਕੁ ਮੈਂ ਫੋਟੋ 'ਚ ਦੇਖੇ, ਮੈਂ ਨਾਮ ਲਏ ਉਹਨਾਂ ਦੇ, ਬਹੁਤ ਧੰਨਵਾਦ ਹੈ ਉਹਨਾਂ ਦਾ, ਬਹੁਤ ਸ਼ੁਕਰ ਹੈ ਕਿ ਕਮ ਸੇ ਕਮ ਉਹ ਪਹੁੰਚੇ ਤਾਂ ਸੀ, ਚਾਹੇ 1.5 ਸਾਲ ਬਾਅਦ ਲੇਟ ਪਹੁੰਚੇ, ਗੁਰੂ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਅੰਦਰ ਆਪਣੀ ਹਾਜ਼ਰੀ ਲਵਾਉਣ ਪਹੁੰਚੇ ਤਾਂ ਸਹੀ ਉਹ ਬੰਦੇ।
ਚਾਹੇ ਸਾਡੇ ਝੰਜੋੜਨ ਨਾਲ ਜਾਂ ਪੰਜਾਬ ਦੀ ਆਮ ਜਨਤਾ ਦੇ ਝੰਜੋੜਨ ਨਾਲ ਪਹੁੰਚੇਦਾ ਸੀ ਉਹ ਯਾਰ, ਉਹਨਾਂ ਦੀ ਆਪਣੀ ਤਾਂ ਮੇਰੇ ਖਿਆਲ ਕੰਮ ਨਹੀਂ ਕਰ ਰਹੀ ਸੀ, ਪਹੁੰਚੇਦਾ ਸੀ ਉਹ। ਚਲੋ ਅਸੀਂ ਫਿਰ ਵੀ ਧੰਨਵਾਦ ਕਰਦੇ ਹਾਂ ਟੀਮ ਖਹਿਰਾ ਵੱਲੋਂ ਉਹਨਾਂ ਦਾ, ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਹੈ। ਅਸੀਂ ਉਸ ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਕਿ ਛੇਤੀ ਇਹਨਾਂ ਨੂੰ ਕਿ ਸੱਚ ਦਾ ਸਾਥ ਦੇਣ ਲਈ ਇਹ ਪ੍ਰੇਰਿਤ ਹੋਣ, ਇਹ ਵੀ ਆ ਕੇ ਸੱਚ ਦਾ ਸਾਥ ਦੇਣ, ਤਾਂ ਕਿ ਅਸੀਂ ਲੋਕ ਮਿਲ ਕੇ ਲੜਾਈ ਲੜ ਸਕੀਏ, ਆਪਣੇ ਸੁੰਦਰ ਪੰਜਾਬ ਨੂੰ ਫਿਰ ਉਹੀ ਸੁੰਦਰ ਪੰਜਾਬ, ਹਰਾ ਭਰਾ ਪੰਜਾਬ ਬਣਾ ਸਕੀਏ, ਜਿਨ੍ਹਾਂ ਨੇ ਇਹਨਾਂ ਨੂੰ ਨਸ਼ੇ ਦਾ ਫੁੱਲ ਪੰਜਾਬ ਬਣਾਤਾ, ਚਿੱਟਾ ਪੰਜਾਬ ਬਣਾਤਾ ਇਹਨਾਂ ਨੂੰ, ਅਸੀਂ ਉਸ ਪੰਜਾਬ ਨੂੰ ਫਿਰ ਹਰਾ ਪੰਜਾਬ ਬਣਾ ਸਕੀਏ। ਪਰਮਾਤਮਾ ਇਹਨਾਂ ਨੂੰ ਸਤਿਬੁਰਧੀ ਦੇ ਔਰ ਸੱਚ ਦਾ ਸਾਥ ਦੇਣ ਲਈ ਪ੍ਰੇਰਿਤ ਕਰਨ, ਤਾਂ ਕਿ ਸੱਚ ਦੇ ਨਾਲ ਚੱਲ ਸਕੇ ਔਰ ਅਸੀਂ ਪੰਜਾਬ ਨੂੰ ਫਿਰ ਦੁਬਾਰਾ ਖੜ੍ਹਾ ਕਰ ਸਕੀਏ, ਨੌਜਵਾਨਾਂ ਨੂੰ ਫਿਰ ਨੌਕਰੀ ਮਿਲੇ, ਹਰਾ ਭਰਾ ਪੰਜਾਬ ਹੋਏ, ਖੇਤੀ ਹੋਏ, ਲੈ ਲਹਾਏ ਹੋਏ, ਸਾਡੇ ਕਿਸਾਨ ਫਿਰ ਦੱਬ ਕੇ ਕੰਮ ਕਰਨ, ਰੱਜ ਕੇ ਖਾਣ ਅਤੇ ਦੱਬ ਕੇ ਵਾਹਣ। ਅਸੀਂ ਇਹ ਸਾਡੀ ਇਹਨਾਂ ਨੂੰ ਅਪੀਲ ਹੈ ਔਰ ਅਸੀਂ ਇਹਨਾਂ ਨੂੰ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਕਰਦੇ ਹਾਂ ਮੇਰੇ ਮਿੱਤਰਾਂ ਦੇ। ਤਾਂ ਬਾਕੀ ਦੋਸਤੋ, ਸਹੀ ਜਾਂ ਗਲਤ ਦਾ ਕੀ ਫੈਸਲਾ ਕਰਨਾ ਹੁਣ ਤੁਸੀਂ ਆਪ ਕਰਨਾ, ਉਹ ਤੁਸੀਂ ਆਪ ਦੇਖਣਾ। ਕਮਲਜੀਤ ਵੀਰ ਦੇਖ ਰਿਹਾ ਵੀਰੇ ਸਨੌਰ ਤੋਂ, ਸਤਿ ਸ਼੍ਰੀ ਅਕਾਲ ਵੀਰੇ। ਤੁਸੀਂ ਆਪ ਫੈਸਲਾ ਕਰਨਾ ਇਹ ਹੁਣ ਕਿ ਅਸੀਂ ਕਿਹਦੇ ਨਾਲ ਜਾਣਾ। ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਹਦਾ ਇਨਸਾਫ ਲੈਣ ਲਈ ਜਿਹੜੀ ਸਾਧ ਸੰਗਤ ਰੋਸ ਮਾਰਚ ਕੱਢ ਰਹੀ ਹੈ, ਅਸੀਂ ਉਸ ਕਾਫਲੇ 'ਚ ਜਾਣਾ ਜਾਂ ਉਹਨਾਂ ਦੇ ਨਾਲ ਚੱਲਣਾ ਲੱਖਾਂ ਇਤਦਾਦ 'ਚ, ਜਾਂ ਅਸੀਂ ਜਿਹੜੇ ਟੱਪਾਂ 'ਚ ਪਾ ਕੇ ਦਾਰੂ ਵੰਡ ਰਹੇ ਨੇ ਅਸੀਂ ਉਹਨਾਂ ਦੇ ਨਾਲ ਜਾਣਾ, ਜਾਂ ਜਿਹੜੇ ਠੇਕੇ ਲੁੱਟ ਰਹੇ ਨੇ ਸ਼ਰਾਬਾਂ ਦੇ ਅਸੀਂ ਉਹਨਾਂ ਦੇ ਨਾਲ ਜਾਣਾ। ਇਹ ਮੇਰੇ ਪੰਜਾਬੀਓ, ਹੁਣ ਤੁਸੀਂ ਆਪ ਫੈਸਲਾ ਕਰਨਾ, ਆਪ ਮੁਹਾਰੇ ਹੋ ਕੇ, ਜਿੱਦਾਂ ਕੱਲ੍ਹ ਤੁਸੀਂ ਬਰਗਾੜੀ ਰੋਸ ਮਾਰਚ 'ਚ ਪਹੁੰਚੇ ਹੋ, ਹੁਣ ਤੁਸੀਂ ਆਪ ਮੁਹਾਰੇ ਹੋ ਕੇ ਇਸ ਚੀਜ਼ ਦਾ ਫੈਸਲਾ ਕਰਨਾ। 2019 ਤੁਹਾਡੇ ਸਾਹਮਣੇ ਆ ਰਹੀ ਹੈ, ਇਹਨਾਂ ਨੂੰ ਜਵਾਬ ਦੇਣਾ, ਹੁਣ ਇਹਨਾਂ ਨੂੰ ਜਵਾਬ ਦੇਣ ਦਾ ਟਾਈਮ 4 ਜਾਂ 5 ਮਹੀਨੇ ਬਾਅਦ ਤੁਹਾਡੇ ਸਾਹਮਣੇ ਆ ਰਿਹਾ। ਯਾਦ ਰੱਖੋ ਇਹਨਾਂ ਦੋ ਗੱਲਾਂ ਨੂੰ, ਯਾਦ ਰੱਖੋ ਕਿ ਇਹਨਾਂ ਨੂੰ ਅਸੀਂ ਕਿੱਦਾਂ ਜਵਾਬ ਦੇਣਾ। ਬਾਕੀ ਗੱਲਾਂ ਦੋਸਤੋ ਬਹੁਤ ਨੇ, ਆਪਾਂ ਕਰ ਸਕਦੇ ਹਾਂ, ਪਰ ਟਾਈਮ ਵੀ ਕੀਮਤੀ ਹੈ ਮੇਰੇ ਵੀਰਾਂ ਦਾ, ਕਈਆਂ ਦਾ, ਕਈ ਰਿਕੁਐਸਟਾਂ ਵੀ ਆਈਆਂ ਨੇ ਮੇਰੇ ਵੀਰਾਂ ਦੀਆਂ। ਕੱਲ ਬਹੁਤ ਬਹੁਤ ਚੀਜ਼ਾਂ ਹੋਈਆਂ ਦੋਸਤੋ, ਮੈਂ ਬਹੁਤ ਕੁਝ ਦੇਖਿਆ, ਸਾਡੇ ਕੋਲ ਕੈਮਰੇ 'ਚ ਕੈਦ ਵੀ ਹੈ ਉਹ ਚੀਜ਼ਾਂ, ਕੈਮਰੇ 'ਚ ਕੈਦ ਹੈ ਦੋਸਤੋ, ਉਹ ਚੀਜ਼ਾਂ ਅਸੀਂ ਦਿਖਾਵਾਂਗੇ ਤੁਹਾਨੂੰ, ਆਉਣ ਦਿਓ, ਸਮਾਂ ਆਉਣ ਦਿਓ, ਜ਼ਰੂਰ ਦਿਖਾਵਾਂਗੇ ਆਪਣੇ ਮਿੱਤਰਾਂ ਨੂੰ ਉਹ। ਵੀਰ ਦਵਿੰਦਰ ਸੰਧੂ ਵੀਰ ਨੂੰ ਐਡ ਕੀਤਾ, ਐਡ ਹੋ ਰਹੇ ਨਹੀਂ ਹੋ ਰਹੇ ਪਤਾ ਨਹੀਂ ਮੈਨੂੰ। ਬਾਕੀ ਮਿੱਤਰ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ, ਸੰਧੂ ਸਰਪੰਚ ਸਾਹਿਬ ਕਹਿ ਰਹੇ ਹਾਂ, ਬਾਕੀ ਦੋਸਤੋ ਜਿਸ ਤਰ੍ਹਾਂ ਦਾ ਸਿਨੈਰੀਓ ਬਣਿਆ ਹੋਇਆ ਪੰਜਾਬ 'ਚ, ਜਿਸ ਤਰ੍ਹਾਂ ਚੱਲ ਰਿਹਾ, ਬਹੁਤ ਗੱਲਾਂ ਹੋ ਰਹੀਆਂ, ਬਹੁਤ ਕੁਝ ਹੋ ਰਿਹਾ, ਅਸੀਂ ਉੱਪਰ ਨਹੀਂ ਜਾ ਰਹੇ ਉਸ ਚੀਜ਼ ਦੇ, ਨਾ ਅਸੀਂ ਜਾਣਾ ਚਾਹੁੰਦੇ ਹਾਂ। ਕਈ ਲੋਕ ਆਮ ਕੋਈ ਮੁੱਦੇ 'ਤੇ ਜਾ ਰਹੇ ਨੇ, ਦੋਸਤੋ ਸਾਰਿਆਂ 'ਤੇ ਕੰਮ ਹੋਏਗਾ। ਪਹਿਲਾਂ ਆਪਣੇ ਗੁਰੂ ਮਹਾਰਾਜ ਸਾਹਿਬ ਦੀ ਲੜਾਈ ਤਾਂ ਲੜ ਰਹੀਏ, ਪਹਿਲਾਂ ਆਪਣੇ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹਨੂੰ ਇਨਸਾਫ ਤਾਂ ਦਵਾ ਲਈਏ, ਤਾਂ ਹੀ ਆਮ ਪਬਲਿਕ ਨੂੰ ਇਨਸਾਫ ਦਵਾਵਾਂਗੇ। ਜੇ ਅਸੀਂ ਆਪਣੇ ਗੁਰੂ ਮਹਾਰਾਜ ਸਾਹਿਬ ਨੂੰ ਇਨਸਾਫ ਨਹੀਂ ਦਵਾ ਸਕਦੇ, ਜੇ ਉਹਨਾਂ ਵਾਸਤੇ ਆਪਣੀ ਲੜਾਈ ਨਹੀਂ ਲੜ ਸਕਦੇ, ਤਾਂ ਫਿਰ ਅਸੀਂ ਆਮ ਲੋਕਾਂ ਦੀ ਲੜਾਈ ਕੀ ਲੜਾਂਗੇ, ਫਿਰ ਅਸੀਂ ਆਮ ਲੋਕਾਂ ਨਾਲ ਕੀ ਚੱਲਾਂਗੇ, ਉਹਨਾਂ ਆਮ ਲੋਕਾਂ ਦੀ ਅਸੀਂ ਕੀ ਹੱਲ ਕਰਾਵਾਂਗੇ ਮੁਸ਼ਕਲਾਂ। ਲੋਕ ਸਾਨੂੰ ਤਾਨੇ ਨਹੀਂ ਮਾਰਨਗੇ, ਲੋਕ ਸਾਨੂੰ ਮਿਹਣੇ ਨਹੀਂ ਮਾਰਨਗੇ, ਕਿ ਤੁਸੀਂ ਆਪਣੇ ਗੁਰੂ ਵਾਸਤੇ ਤਾਂ ਲੜਾਈ ਨਹੀਂ ਲੜ ਸਕਦੇ, ਤੁਸੀਂ ਸਾਡੀ ਲੜਾਈ ਕੀ ਲੜੋਗੇ। ਤੈਨੂੰ ਲਾ ਦਿੰਦੇ ਹਾਂ ਵੀਰੇ, ਨਾਮ ਉਲਟਾ ਰੱਖ ਲੈ, ਸੁਖਵੀਰ ਸਿੰਘ ਰੱਖ ਲੈ, ਫਿਰ ਤੈਨੂੰ ਨਜ਼ਾਰਾ ਦੇਣਗੇ ਲੋਕ ਮੇਰੇ ਵੀਰ। ਸੰਧੂ ਸਾਹਿਬ ਰਿਕੁਐਸਟ ਲੈ ਚੁੱਕੇ ਹਾਂ ਤੁਹਾਡੀ ਮੈਂ, ਦੁਬਾਰਾ ਭੇਜੀਏ ਤੁਹਾਨੂੰ, ਕੋਈ ਗੱਲ ਕਹਿਣੀ ਚਾਹੀਦੀ ਹੈ ਸ਼ੋਰਟ 'ਚ ਆਪਣੀ ਗੱਲ ਕਹਿ ਸਕਦੇ ਹੋ ਤੁਸੀਂ ਆ ਕੇ, ਕਿਉਂਕਿ ਮੇਰੇ ਵੀਰ ਸੁਣਨੇ। ਸਤਿ ਸ਼੍ਰੀ ਅਕਾਲ ਵੀਰ, ਕੀ ਹਾਲ ਹੈ ਜੀ? ਠੀਕ ਹੋ ਬੰਧੂ ਜੀ?
ਠੀਕ ਆ ਵੀ ਠੀਕ ਆ ਪਹਿਲਾਂ ਪਹਿਲਾਂ ਨਾ ਜਿਹੜੇ ਤੁਹਾਡੇ ਅੱਗੇ ਪਿੱਛੇ ਆਵਾਜ਼ ਤੁਸੀਂ ਇਕੱਲਿਆਂ ਦੀ ਆਵਾਜ਼ ਆਏ ਬਾਕੀਆਂ ਦੀ ਆਵਾਜ਼ ਆ ਰਹੀ ਹੈ ਨਾਲ ਠੀਕ ਹੈ ਜੀ ਓਕੇ ਬੋਲੋ 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 ਉਹ ਮੇਰੇ ਵੀਰ ਜੀ ਨੇ ਇਹਨਾਂ ਨੇ ਕੱਟ ਹੀ ਦਿੱਤਾ ਸੰਧੂ ਸਾਹਿਬ ਨੇ ਦੋਸਤੋ ਆਪਾਂ ਨੇ ਹੁਣ ਇਹਨਾਂ ਨੂੰ ਦੇਖਣਾ ਹੈਗਾ ਕਿ ਆਪਾਂ ਨੇ ਸੋਚਣਾ ਹੈਗਾ ਕਿ ਅਸੀਂ ਆਪਣੇ ਪੰਜਾਬ ਨੂੰ ਕਿੱਧਰ ਲੈ ਕੇ ਜਾਣਾ ਹੈਗਾ ਅਸੀਂ ਆਪਣੇ ਪੰਜਾਬ ਲਈ ਕੀ ਕਰਨਾ ਹੈਗਾ ਸਤਿ ਸ਼੍ਰੀ ਅਕਾਲ ਲਾਡੀ ਵੀਰ ਕੀ ਹਾਲ ਹੈ ਲਾਡੀ ਵੀਰ ਕੱਟ ਗਿਆ ਲਾਈਵ ਹੋਇਆ ਕਨੈਕਸ਼ਨ ਕੱਟ ਗਿਆ ਉਹਨਾਂ ਦਾ ਦੇਖ ਲੈਂਦੇ ਕੋਈ ਹੋਰ ਵੀ ਆਪਣੇ ਵਿਚਾਰ ਦੇ ਦੋਸਤੋ ਜੋ ਕੱਲ ਅਸੀਂ ਦੇਖਿਆ ਜਾਂ ਜੋ ਅਸੀਂ ਕੱਲ ਉੱਥੇ ਮਹਿਸੂਸ ਕੀਤਾ ਤੁਹਾਨੂੰ ਦੱਸਿਆ ਵੀ ਹੈ ਜ਼ਰੂਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਮੇਰੇ ਹੋਰ ਮਿੱਤਰ ਵੀ ਦੇਖਣ ਮੇਰੇ ਹੋਰ ਮਿੱਤਰ ਵੀ ਸੁਣਨ ਕਿ ਸਾਡੇ ਨਾਲ ਕੱਲ ਉੱਥੇ ਕੀ ਵਾਪਰਿਆ ਜਾਂ ਕੀ ਕੀਤਾ ਇਹਨਾਂ ਨੇ ਇਹਨਾਂ ਲੋਕਾਂ ਨੇ ਲੋਕ ਕਿੱਦਾਂ ਪਰੇਸ਼ਾਨ ਹੋਏ ਨੇ ਕੋਈ ਮੈਂ ਕਹਿੰਦਾ ਉੱਥੇ ਬਿਲਕੁਲ ਕੋਈ ਚੀਜ਼ ਦਾ ਪ੍ਰਬੰਧ ਹੀ ਨਹੀਂ ਸੀ ਟ੍ਰੈਫਿਕ ਕਿੱਧਰ ਨੂੰ ਚੱਲ ਰਿਹਾ ਕੀ ਚੱਲ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਰਿਹਾ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਿਯੋਗ ਨਹੀਂ ਰਿਹਾ ਕਈ ਮੇਰੇ ਵੀਰਾਂ ਨੂੰ ਮੈਨੇ ਐਡ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਡਿਸਲਾਈਨ ਹੋ ਰਹੇ ਨੇ ਉਹ ਤੇ ਆਪਾਂ ਵੀਡੀਓ ਨੂੰ ਖਤਮ ਕਰਦੇ ਬਿਲਕੁਲ ਹੀ ਜਿਵੇਂ ਕਹਿ ਦਿੰਦੇ ਆਪਾਂ ਕਿ ਸਭ ਕੁਝ ਉਥਲ ਪੁਥਲ ਹੋਇਆ ਪਿਆ ਸੀ ਯਾਰ ਕਮ ਸੇ ਕਮ ਕੋਈ ਸਹਿਯੋਗ ਤਾਂ ਹੋਣਾ ਚਾਹੀਦਾ ਸੀ ਵੀ ਟ੍ਰੈਫਿਕ ਇੱਧਰ ਲਗਾਉਣਾ ਚਾਹੀਦਾ ਇੱਧਰ ਨਹੀਂ ਲਗਾਉਣਾ ਚਾਹੀਦਾ ਇੱਥੋਂ ਜਨਤਾ ਪੈਦਲ ਜਾਏਗੀ ਇੱਥੋਂ ਜਨਤਾ ਪੈਦਲ ਆਏਗੀ ਸਤਿ ਸ਼੍ਰੀ ਅਕਾਲ ਭੈਣ ਜੀ ਅਮਨਦੀਪ ਗੋਸਲ ਜੀ ਦੇਖ ਰਹੇ ਨੇ ਬਿਲਕੁਲ ਪ੍ਰਸ਼ਾਸਨ ਵੱਲੋਂ 0% ਸਹਿਯੋਗ ਨੇ ਠੀਕ ਹੈ ਜਿੱਦਾਂ ਸਰਕਾਰ ਨੇ ਕਹਿਣਾ ਪ੍ਰਸ਼ਾਸਨ ਨੇ ਵੀ ਉੱਦਾਂ ਹੀ ਕਰਨਾ ਹੈਗਾ ਤਾਂ ਮਿੱਤਰੋ ਇੰਨਾ ਕਹਿੰਦੇ ਹੋਏ ਆਪਣੀ ਬਾਣੀ ਨੂੰ ਮੈਂ ਖਤਮ ਕਰਾਂਗਾ ਕਿ ਅਸੀਂ ਹੁਣ ਆਪ ਦੇਖਣਾ ਕਿ ਅਸੀਂ ਆਪਣੇ ਗੁਰੂ ਮਹਾਰਾਜ ਸਾਹਿਬ ਦੀ ਜਿਹੜੇ ਬੇਦਬੀ ਦੇ ਇਨਸਾਫ ਲਈ ਲੜ ਰਹੇ ਨੇ ਅਸੀਂ ਉਹਨਾਂ ਨਾਲ ਖੜੇ ਹੋਣਾ ਕਿ ਜਾਂ ਅਸੀਂ ਠੇਕੇ ਲੁੱਟਣ ਵਾਲਿਆਂ ਨਾਲ ਖੜੇ ਹੋਣਾ ਕਿ ਜਾਂ ਅਸੀਂ ਜਿਹੜੇ ਸ਼ਬੀਲਾਂ ਦੇ ਟੱਪਾਂ 'ਚ ਦਾਰੂਆਂ ਪਾ ਕੇ ਦਾਰੂ ਵੰਡ ਕੇ ਰੈਲੀਆਂ 'ਚ ਇਕੱਠ ਕਰਦੇ ਨੇ ਕਿ ਜਾਂ ਅਸੀਂ ਉਹਨਾਂ ਨਾਲ ਇਕੱਠੇ ਹੋਣਾ ਜਾਂ ਅਸੀਂ ਉਹਨਾਂ ਨਾਲ ਚੱਲਣਾ ਵੈਸੇ ਤੁਸੀਂ ਕੱਲ੍ਹ ਫੈਸਲਾ ਕਰ ਦਿੱਤਾ ਕਿ ਅਸੀਂ ਗੁਰੂ ਮਹਾਰਾਜ ਸਾਹਿਬ ਦੇ ਨਾਲ ਜਾਵਾਂਗੇ ਅਸੀਂ ਗੁਰੂ ਮਹਾਰਾਜ ਸਾਹਿਬ ਦੀ ਛਤਰ ਛਾਇਆ 'ਚ ਜਾਵਾਂਗੇ ਅਸੀਂ ਆਪਣੇ ਪੰਜਾਬ ਨੂੰ ਫਿਰ ਹਰਾ ਪੰਜਾਬ ਬਣਾਵਾਂਗੇ ਅਸੀਂ ਆਪਣੇ ਪੰਜਾਬ ਨੂੰ ਚਿੱਟੇ ਪੰਜਾਬ ਤੋਂ ਦੁਬਾਰਾ ਹਰਾ ਪੰਜਾਬ ਬਣਾਉਣ ਲਈ ਫਿਰ ਅਸੀਂ ਨਾਲ ਇਕੱਠੇ ਹੋ ਕੇ ਚੱਲਾਂਗੇ ਮੈਂ ਆਪਣੇ ਵੀ ਸਾਰੇ ਕਲੀਗਸ ਨੂੰ ਬੇਨਤੀ ਕਰਦਾ ਕਿ ਦੁਬਾਰਾ ਸਾਡੀ ਤੁਹਾਨੂੰ ਬੇਨਤੀ ਹੈ ਇਹਨਾਂ ਦੇ ਹੱਥਾਂ 'ਚ ਨਾ ਖੇਲੋ ਇਹਨਾਂ ਦੇ ਦਿਮਾਗਾਂ ਨਾਲ ਨਾ ਚੱਲੋ ਆਪਣੇ ਦਿਮਾਗਾਂ ਤੋਂ ਵੀ ਕੰਮ ਲਓ ਅਸੀਂ ਆਪਣੇ ਪੰਜਾਬ ਨੂੰ ਹਰਾ ਪੰਜਾਬ ਬਣਾਉਣਾ ਚਿੱਟਾ ਪੰਜਾਬ ਨਹੀਂ ਬਣਾਉਣਾ ਆਓ ਇਕੱਠੇ ਹੋ ਕੇ ਚੱਲੀਏ ਆਪਣੇ ਪੰਜਾਬ ਨੂੰ ਹਰਾ ਪੰਜਾਬ ਬਣਾਈਏ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਅਮਨ ਜੀ ਨੂੰ ਬੇਨਤੀ ਹੈ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਹਰਪਾਲ ਚੀਮਾ ਜੀ ਨੂੰ ਡਾਕਟਰ ਬਲਬੀਰ ਸਾਹਿਬ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਆਓ ਇਕੱਠੇ ਹੋ ਕੇ ਚੱਲੋ ਖਹਿਰਾ ਸਾਹਿਬ ਜਿਹੜੀ ਲੜਾਈ ਲੜ ਰਹੇ ਨੇ ਅਸੀਂ ਸਾਰੇ ਉਹਨਾਂ ਦਾ ਮਿਲ ਕੇ ਸਾਥ ਦੇਈਏ ਲੋੜ ਨਹੀਂ ਖਹਿਰਾ ਸਾਹਿਬ ਨਹੀਂ ਚਾਹੁੰਦੇ ਕਿ ਮੈਨੂੰ ਕੋਈ ਆਹ ਚੀਜ਼ ਮਿਲੇ ਜਾਂ ਉਹ ਮਿਲੇ ਉਹ ਬੰਦਾ ਪੂਰੇ ਤਨ ਮਨ ਧਨ ਦੇ ਨਾਲ ਹੁਣ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਲੜਾਈ ਲੜ ਰਿਹਾ ਉਹ 10 ਦਿਨ ਹੋ ਗਏ ਆਪਣੇ ਘਰ ਨਹੀਂ ਗਏ ਕੱਲ੍ਹ ਰਾਤ ਆਪਣੇ ਘਰ ਪਹੁੰਚੇ ਨੇ ਉਹ 10 ਦਿਨ ਪਿੰਡਾਂ ਦੇ ਵਿੱਚ ਘੁੰਮੇ ਨੇ ਉਹ ਰੋਸ ਮਾਰਚ ਨੂੰ ਜਿਹੜੀ ਗੁਰੂ ਮਹਾਰਾਜ ਸਾਹਿਬ ਦੀ ਬੇਦਬੀ ਹੋਈ ਹੈ ਉਹਦਾ ਇਨਸਾਫ ਲੈਣ ਵਾਸਤੇ ਲੋਕਾਂ ਨੂੰ ਜਗਾਇਆ ਉਸ ਬੰਦੇ ਨੇ ਨਾਲ ਸਾਡੀ ਪੂਰੀ ਟੀਮ ਸੀ ਸਾਰੇ ਪੂਰੇ 8 MLA ਸਾਹਿਬ ਸਾਰੇ ਲੱਗੇ ਹੋਏ ਸੀ ਚਾਹੇ ਉਹ ਸਾਡੇ ਜੱਗਾ ਇਸੋਵਾਲ ਜੀ ਹੈ ਕੰਵਰ ਸੰਧੂ ਸਾਹਿਬ ਹੈ ਨਾਜਰ ਸਿੰਘ ਮਾਨਸ਼ਾਹੀਆ ਜੀ ਹੈ ਜੈ ਕਿਸ਼ਨ ਰੋੜੀ ਸਾਹਿਬ ਹੈ ਜਗਦੇਵ ਕਮਾਲੂ ਸਾਹਿਬ ਹੈ ਪਿਰਮਲ ਸਿੰਘ ਖਾਲਸਾ ਜੀ ਹੈ ਪੂਰੀ ਟੀਮ ਨੇ ਦਿਨ ਰਾਤ ਕੰਮ ਕੀਤਾ ਉੱਥੇ ਪੂਰੀ ਟੀਮ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਮੇਰੇ ਵੀਰੋ ਇਕੱਠੇ ਹੋਈਏ ਆਓ ਇਕੱਠੇ ਹੋ ਕੇ ਚੱਲੀਏ ਆਓ ਤੁਸੀਂ ਵੀ ਸਾਡਾ ਸਾਥ ਦਿਓ ਜਿਹੜੀ ਲੜਾਈ ਅਸੀਂ ਜਾਰੀ ਕੀਤੀ ਹੈ ਉਹਦੇ 'ਚ ਤੁਸੀਂ ਵੀ ਆਪਣਾ ਸਹਿਯੋਗ ਦਿਓ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਹਰਾ ਭਰਾ ਪੰਜਾਬ ਬਣਾ ਸਕੀਏ ਔਰ ਇਹਨਾਂ ਨੂੰ
ਜਿਹੜੇ ਕਹਿੰਦੇ ਨੇ ਆਪਣੇ ਆਪ ਨੂੰ ਪੰਥ ਦੇ ਅਖੌਤੀ ਲੀਡਰ, ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਈਏ, ਜਿਹੜੇ ਸਾਡੇ ਪੰਜਾਬ ਨੂੰ ਖਾ ਰਹੇ ਨੇ, ਲੁੱਟ ਰਹੇ ਨੇ, ਖਸੁੱਟ ਰਹੇ ਨੇ, ਇਹਨਾਂ ਨੂੰ ਫਿਰ ਅਸੀਂ ਉੱਥੇ ਹੀ ਪਹੁੰਚਾਈਏ ਜਿੱਥੇ ਦੇ ਇਹ ਹੱਕਦਾਰ ਹੈ, ਜਿੱਥੇ ਦੇ ਇਹ ਲੋਕ ਹੱਕਦਾਰ ਹੈ ਨਾ, ਇਹਨਾਂ ਨੂੰ ਉੱਥੇ ਹੀ ਪਹੁੰਚਾਈਏ, ਉੱਥੇ ਬਿਠਾਈਏ ਇਹਨਾਂ ਨੂੰ ਕਿ ਤੁਸੀਂ ਇਸ ਚੀਜ਼ ਦੇ ਹੱਕਦਾਰ ਹੋ, ਇਹਨਾਂ ਬੇਸ਼ਰਮਾਂ ਨੂੰ ਉੱਥੇ ਬਿਠਾਈਏ ਜਾ ਕੇ, ਜਿਹੜੇ ਗੁਰੂ ਮਹਾਰਾਜ ਸਾਹਿਬ ਦੀ ਸ਼ੁਰੂ ਕੀਤੀ ਹੋਈ ਠੰਡੇ ਮਿੱਠੇ ਜਲ ਦੀ, ਛਬੀਲ ਦੀ ਸੇਵਾ ਦੇ ਨੂੰ ਕੱਟ ਕੇ ਉਸਨੂੰ ਦਾਰੂ ਦੀ ਸੇਵਾ ਕਰ ਰਹੇ ਨੇ, ਉਹਨਾਂ ਟੱਪਾਂ 'ਚ ਦਾਰੂ ਵਰਤਾ ਰਹੇ ਨੇ ਬੇਸ਼ਰਮ ਆਦਮੀ, ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਈਏ। ਤਾਂ ਦੋਸਤੋ, ਇੰਨੀ ਗੱਲ ਕਹਿੰਦਾ ਹੋਇਆ ਮੈਂ ਆਪਣੀ ਗੱਲ ਨੂੰ ਖਤਮ ਕਰਾਂਗਾ, ਜੇ ਕੋਈ ਵਾਧਾ ਅੱਖਾਂ ਘਾਟਾ ਬੋਲਿਆ ਗਿਆ ਹੋਵੇ ਮੈਨੂੰ ਮਾਫ਼ ਕਰਨਾ, ਸ਼ੁਕਰਗੁਜ਼ਾਰ ਹਾਂ ਤੁਹਾਡਾ, ਮੇਰੇ ਮਿੱਤਰ ਜਿਹੜੇ ਸੁਣਦੇ ਨੇ ਬਹੁਤ ਧੰਨਵਾਦ ਆ ਉਹਨਾਂ ਦਾ, ਬਹੁਤ ਮਿਹਰਬਾਨੀ ਹੈ ਦੋਸਤੋ। ਸਤਿ ਸ਼੍ਰੀ ਅਕਾਲ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਜੈ ਹਿੰਦ, ਪੰਜਾਬੀ ਏਕਤਾ ਜ਼ਿੰਦਾਬਾਦ, ਸਾਡਾ ਪੰਜਾਬ ਜ਼ਿੰਦਾਬਾਦ। ਧੰਨਵਾਦ ਦੋਸਤੋ।